ਜ਼ਿਲ੍ਹਾ ਬਿਊਰੋ ਰੋਜ਼ਗਾਰ ਦਫ਼ਤਰ ਅੰਮ੍ਰਿਤਸਰ ਵੱਲੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ 15 ਸਿੱਖਿਆ ਬਲਾਕਾਂ ਦੇ ਰਾਹੀਂ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀ ਮਾਰਕਸ ਕੌਂਸਲਿੰਗ ਕਰਵਾਈ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਗੇ ਵਿਖੇ ਬਲਾਕ ਚੁਗਾਵਾਂ 1 ਦੀ ਮਾਸ ਕੌਂਸਲਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਬਿਊਰੋ ਰੋਜ਼ਗਾਰ ਦਫ਼ਤਰ ਤੋਂ ਸ਼੍ਰੀ ਗੌਰਵ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸੀ ਪਾਈਟ, ITI ਲੋਪੋਗੇ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਉਹਨਾਂ ਦੀ ਕੈਰੀਅਰ ਕੌਂਸਲਿੰਗ ਕੀਤੀ ਅਤੇ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਗੇ ਵਿਖੇ ਪਹੁੰਚਣ ਦਾ ਸਵਾਗਤ ਕਰਦੇ ਹਾਂ। ਸਾਡੇ ਕੋਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਹੁੰਚੇ ਨੇ ਸ਼੍ਰੀ ਗੌਰਵ ਕੁਮਾਰ ਜੀ, ਇਹਨਾਂ ਦੇ ਨਾਲ ਰਣੀ ਕੇ ਸੀ ਪਾਇੰਟ ਤੋਂ ਸਰਦਾਰ ਸੁਖਬੀਰ ਸਿੰਘ ਜੀ, ਪੰਜਾਬ ਡਿਵੈਲਪਮੈਂਟ ਸਕਿੱਲ ਡਿਵੈਲਪਮੈਂਟ ਮਿਸ਼ਨ ਤੋਂ ਸਰਦਾਰ ਆਲਮਵੀਰ ਸਿੰਘ ਅਤੇ ਉਹਨਾਂ ਦੇ ਨਾਲ ਸਾਥੀ ਪਹੁੰਚੇ ਨੇ। ਸੋ ਅਸੀਂ ਇਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜੋ ਜੋ ਮਹਿਮਾਨ ਸਾਡੇ ਕੋਲ ਕੁਛ ਹੋਰ ਡਿਪਾਰਟਮੈਂਟਾਂ ਲਈ ਆ ਰਿਹਾ, ਸੋ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਾਂਗੇ ਸਰਦਾਰ ਸੁਖਬੀਰ ਸਿੰਘ, ਇੱਕ ਮਿੰਟ, ਸਰਦਾਰ ਸੁਖਬੀਰ ਸਿੰਘ ਸੀ ਪਾਇੰਟ ਜਿਹੜੇ ਕਿ ਰਣੀਕੇ ਤੋਂ ਆਏ ਨੇ, ਸੀ ਪਾਇੰਟ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਦੇ ਨਾਲ ਤੁਹਾਡੇ ਨਾਲ ਡਿਸਕਸ਼ਨ ਕਰਨਗੇ। ਬੇਟਾ ਸਾਰੇ ਬੱਚੇ ਨੇ ਕਲੈਪਿੰਗ ਦੇ ਨਾਲ ਬੜੇ ਧਿਆਨ ਨਾਲ ਸੁਣਨਾ। ਸਭ ਤੋਂ ਪਹਿਲਾਂ ਦੱਸੋ, ਸੀ ਪੈਟ ਬਾਰੇ ਕੋਈ ਜਾਣਦਾ ਹੈ? ਹੱਥ ਖੜੀ ਕਰਨਾ। ਸੀ ਪੈਟ ਬਾਰੇ ਕਿਸੇ ਨੂੰ ਕੋਈ ਨੌਲੇਜ ਹੋਏ ਸੀ ਪੈਟ ਬਾਰੇ? ਸੀ ਪੈਟ ਸੈਂਟਰ ਫੋਰ ਟ੍ਰੇਨਿੰਗ ਅਪਲਾਈਮੈਂਟ ਐਂਡ ਪੰਜਾਬ। ਹੱਥ ਖੜੀ ਕਰਨਾ ਜਸਟ ਪੂਰਾ, ਥੋੜਾ ਬਾਅਦ ਦੇਣੀ ਮੈਨੂੰ, ਤਾਂ ਹੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮਜ਼ਾ ਆਊਗਾ, ਅਗਰ ਤੁਸੀਂ ਮੇਰਾ ਜਵਾਬ ਦਿਓਗੇ ਤਾਂ। ਠੀਕ ਹੈ, ਸਭ ਤੋਂ ਪਹਿਲਾਂ ਦੱਸੋ, ਬਾਘਾ ਬਾਰਡਰ ਅਟਾਰੀ ਰੋਡ ਪਤਾ ਸਭ ਕੋ? ਠੀਕ ਹੈ, ਗੁੱਡ ਹੈ, ਇੱਦਾਂ ਜਵਾਬ ਦਿੱਤਾ। ਇਹ ਦੂਸਰੀ ਗੱਲ, ਇਹਦੇ ਵਿੱਚ ਜਿਹੜੇ ਬੱਚੇ ਬੈਠੇ ਪਲੱਸ ਵਨ ਪਲੱਸ ਟੂ ਦੇ, ਕਿਹੜੇ ਹੱਥ ਖੜਾ ਕਰੋ। ਓਕੇ, ਗੁੱਡ, ਸ਼ਾਬਾਸ਼। ਹੁਣ ਨੈਕਸਟ ਹੈ ਮੇਰਾ, ਆਰਮੀ ਵਿੱਚ ਜਾਂ ਪੰਜਾਬ ਪੁਲਿਸ ਕੌਣ ਕੌਣ ਜਾਣਾ ਚਾਹੁੰਦਾ? ਦਿਲਚਸਪੀ ਕੌਣ ਰੱਖਦਾ? ਬਾਕੀ ਸਾਰੇ ਫੋਰਨ ਜਾਣਾ ਚਾਹੁੰਦੇ ਆ? ਹਾਂ, ਜਿਹੜੇ ਮਤਲਬ ਆਰਮੀ ਜਾਂ ਪੰਜਾਬ ਪੁਲਿਸ ਇੰਟਰਸਟ ਰੱਖਦੇ ਆ, ਉਹਨਾਂ ਵਾਸਤੇ ਮੈਂ ਖਾਸ ਆਇਆ ਹੋਇਆ, ਉਹਨਾਂ ਵਾਸਤੇ ਫਿਰ ਜ਼ਰੂਰ ਮੇਰੇ ਨਾਲ ਕਲਾਮ ਕਰਨਗੇ। ਠੀਕ ਹੈ, ਫਿਰ ਧਿਆਨ ਨਾਲ ਗੱਲ ਕਰਨੀ ਆ। ਅਸੀਂ ਪੰਜਾਬ ਪੁਲਿਸ, ਆਰਮੀ, BSF, CRPF, ਪੈਰਾਮਿਲਟਰੀ, ਪੈਰਾ ਫੋਰਸ, ਪੈਰਾ ਕਮਾਂਡੋ, ਇਹਦੀ ਟ੍ਰੇਨਿੰਗ ਅਸੀਂ ਚਲਾਉਂਦੇ ਹਾਂ। ਸਾਡੇ ਕੋਲ ਰਹਿਣ ਵਾਸਤੇ ਹੋਸਟਲ, ਰਹਿਣਾ ਖਾਣਾ ਸਭ ਕੁਝ ਫ੍ਰੀ ਆ। ਠੀਕ ਹੈ, ਜਵਾਬ ਦੇਣਾ ਹੈ ਜਸ ਜਾਂ ਨੂੰ? ਜਵਾਬ ਦਿਓਗੇ ਤਾਂ ਹੀ ਮੈਨੂੰ ਗੱਲ ਕਰਨ ਦਾ ਮਜ਼ਾ ਆਊਗਾ, ਨਹੀਂ ਤਾਂ ਮੈਂ ਵਾਸ਼ ਆਊਟ ਕਰ ਦੂੰਗਾ ਕਿ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕੁਛ। ਠੀਕ ਹੈ, ਓਕੇ, ਸਭ ਕੁਝ ਫ੍ਰੀ ਆ। ਅਤੇ ਸੋ ਜਿਹੜੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਵੀ ਤੁਹਾਡੇ ਵਾਸਤੇ ਨਹੀਂ ਆ, ਅਗਰ ਤੁਹਾਡੇ ਕੋਈ ਰਿਸ਼ਤੇਦਾਰ ਆ, ਭੈਣ ਭਰਾ ਵਾ, ਜਾਂ ਪਿੰਡ ਵਿੱਚ ਹੋਰ ਵੀ ਆ ਜਿਹੜੇ ਨਹੀਂ ਇੱਥੇ ਆ ਪਹੁੰਚੇ, ਹੋਰ ਸਕੂਲਾਂ ਦੇ ਬੱਚੇ ਨਹੀਂ ਪਹੁੰਚੇ, ਜਿਸ ਤਰ੍ਹਾਂ ਫਰੈਂਡ ਆ ਤੁਹਾਡੇ, ਹੈ ਨਾ, ਅਤੇ ਉਹਨਾਂ ਨੂੰ ਵੀ ਇਹ ਗੱਲ ਜਾ ਕੇ ਦੱਸਣੀ ਆ ਕਿ ਫਲਾਣੀ ਜਗ੍ਹਾ 'ਤੇ ਫ੍ਰੀ ਟ੍ਰੇਨਿੰਗ ਚੱਲ ਰਹੀ ਆ, ਉੱਥੇ ਜਾਓ, ਤੁਸੀਂ ਫ੍ਰੀ ਟ੍ਰੇਨਿੰਗ ਲਓ, ਉਹਦਾ ਫਾਇਦਾ ਲਓ, 1 ਰੁਪਏ ਦਾ ਕੋਈ ਖਰਚਾ ਨਹੀਂ ਦੇਣਾ। ਠੀਕ ਹੈ, ਓਕੇ। ਦੂਸਰੀ ਗੱਲ, ਅਗਰ ਕੋਈ ਬੱਚਾ ਆਉਣਾ ਚਾਹੁੰਦਾ ਵਾ, ਉਹਦੇ ਵਾਸਤੇ
ਕੰਟੈਕਟ ਨੰਬਰ ਦਿੱਤੇ ਹੋਏ ਆ ਕਿ ਤੁਸੀਂ ਨੋਟ ਕਰ ਲਓ ਸਾਰੇ ਬੱਚੇ, ਇੱਕ ਤਾਂ ਨੰਬਰ ਨੋਟ ਕਰ ਲੈਣਾ ਜਿੰਨੇ ਵੀ ਦਿੱਤੇ ਹੋਏ ਆ ਉਹ ਨੋਟ ਕਰ ਲਓ, ਦੂਸਰਾ ਸਾਡੇ ਹੈਗਾ ਇੰਸਟਾਗ੍ਰਾਮ, ਟੈਲੀਗ੍ਰਾਮ ਅਤੇ ਫੇਸਬੁੱਕ 'ਤੇ ਆਈ ਡੀ ਆ dg.cpad, ਉੱਤੇ ਤੁਸੀਂ ਜਾਓਗੇ ਫੋਲੋ ਕਰਨਾ। ਫੋਲੋ ਇਹ ਨਹੀਂ ਕਿ ਜਿੱਦਾਂ ਆਮ ਕਹਿ ਦਿੰਦੇ ਆ ਮੇਰਾ ਵੀ, ਜਿੱਦਾਂ ਬੱਚੇ ਟੈਸਟ ਦੇ ਲੈਂਦੇ ਆ ਕੋਈ ਪੰਜਾਬ ਪੁਲਿਸ ਜਾਂ ਆਰਮੀ ਦਾ ਟੈਸਟ ਦੇ ਲੈਂਦੇ ਆ ਅਤੇ ਉਹ ਘਰੇ ਬੈਠ ਜਾਂਦੇ ਆ, ਉਹ ਸਾਡੇ ਤੱਕ ਪਹੁੰਚਦੇ ਨਹੀਂ, ਉਹ ਕਹਿੰਦੇ ਕਿ ਜਦੋਂ ਪਾਸ ਹੋਵਾਂਗੇ ਉਦੋਂ ਅਸੀਂ ਜਾਵਾਂਗੇ, ਪਰ ਤਦ ਤੱਕ ਬਹੁਤ ਲੇਟ ਹੋ ਜਾਂਦਾ ਵਾ। ਮੈਕਸੀਮਮ ਅਗਰ ਕੋਈ ਬੱਚਾ ਭਰਤੀ ਹੋਣਾ ਚਾਹੁੰਦਾ ਵਾ ਤਾਂ ਮੈਂ ਉਹਨਾਂ ਵਾਅਦਾ ਕਰਦਾ ਕਿ ਉਹ ਮੈਨੂੰ 3 ਮਹੀਨੇ ਦੇਵੇ, 3 ਮਹੀਨੇ ਅਗਰ ਮੇਰੇ ਕੋਲ ਬੱਚਾ ਆ ਜਾਂਦਾ ਵਾ ਉਹਦੀ ਮੈਂ ਫੁੱਲ 100% ਗਰੰਟੀ ਦਿੰਦਾ ਕਿ ਉਹ ਮੈਂ ਪਾਸ ਕਰਵਾਊਂਗਾ, ਭਰਤੀ ਕਰਵਾਊਂਗਾ। ਠੀਕ ਹੈ, ਔਰ ਲਾਸਟ ਵਿੱਚ ਲੜਕੀਆਂ ਵਾਸਤੇ, ਲੜਕੀਆਂ ਵਾਸਤੇ ਮੇਰੇ ਕੋਲ ਹੋਸਟਲ ਨਹੀਂ ਆ, ਅਪ ਡਾਊਨ ਕਰ ਸਕਦੀਆਂ ਵਾਂ, ਲੇਕਿਨ ਟ੍ਰੇਨਿੰਗ ਉਹੀ ਜੋ ਲੜਕਿਆਂ ਨੂੰ ਕਰਵਾ ਰਿਹਾ ਉਹੀ ਲੜਕੀਆਂ ਨੂੰ ਕਰਵਾ ਰਿਹਾ ਮੈਂ, ਸੇਮ ਹੀ। ਠੀਕ ਹੈ, ਅਤੇ ਉਹ ਵੱਧ ਤੋਂ ਵੱਧ ਸਾਰਿਆਂ ਨੂੰ ਬੱਚਿਆਂ ਨੂੰ ਦੱਸਣਾ ਵਾ, ਹੋਰ ਵੀ ਆਪਣੇ ਤੁਹਾਡੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਜਾ ਕੇ ਦੱਸਣਾ ਵਾ, ਰਿਸ਼ਤੇਦਾਰਾਂ ਨੂੰ ਵੀ ਦੱਸਣਾ ਵਾ ਕਿ ਉੱਥੇ ਸੀਪੈਡ ਚੱਲ ਰਿਹਾ ਵਾ ਇੱਦਾਂ, ਅਤੇ ਤੁਸੀਂ ਵੱਧ ਤੋਂ ਵੱਧ ਆਉਣਾ ਵਾ। ਹੋਰ ਕਿਸੇ ਦਾ ਕੋਈ ਕੁਐਸਚਨ ਹੋਵੇ ਮੇਰੇ ਲਾਇਕ ਤਾਂ ਮੈਨੂੰ ਪੁੱਛ ਸਕਦਾ ਵਾ। ਅਸੀਂ ਪੈਂਪਲੇਟ ਆਏ ਆ, ਸਰ ਗੌਰਵ ਸਰ ਤੁਹਾਨੂੰ ਇੱਥੇ ਸਾਡੇ ਬਾਰੇ ਹੋਰ ਕੁਝ ਵੀ ਨੌਲੇਜ ਦੇ ਦੇਣਗੇ, ਅਤੇ ਪੈਂਪਲੇਟ ਲੈ ਕੇ ਅਤੇ ਤੁਸੀਂ ਉਹਨਾਂ ਤੋਂ ਆਪਣਾ ਨੰਬਰ ਵਗੈਰਾ ਸਾਡੇ ਹੈਗੇ ਆ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਓਕੇ, ਥੈਂਕ ਯੂ। ਸਰ ਉਹਨਾਂ ਸੀ ਪੈਡ ਬਾਰੇ ਦੱਸਿਆ, ਬਹੁਤ ਸਾਰੇ ਬੱਚੇ ਸੰਗਦੇ ਹਨ, ਖੜਾ ਨਹੀਂ ਕਰਦੇ। ਸਾਡੇ ਖਾਸ ਤੌਰ 'ਤੇ ਬਾਰਡਰ ਏਰੀਏ ਬੱਚੇ ਜਿਹੜੇ ਆ, ਕਿਉਂਕਿ ਇਸ ਸਕੂਲ ਦੇ ਚਾਂਸਿਸ ਵੀ ਹੈਗੇ ਆ, ਬੱਚੇ ਏ ਅਤੇ ਬੀ ਸਰਟੀਫਿਕੇਟ ਜਿਹੜਾ ਇੱਥੋਂ ਕਰਦੇ ਆ, ਸੋ ਫੌਜ 'ਚ ਭਰਤੀ ਹੋਣਾ ਚਾਹੁੰਦੇ ਆ, ਉਹਨਾਂ ਲਈ ਸੀ ਪੈਡ ਰਨਿੰਗ ਤਾਂ ਬਹੁਤ ਵਧੀਆ, ਮੁੰਡਿਆਂ ਲਈ ਅਵੇਲੇਬਲ ਸਿਰਫ ਇਹ, ਔਰ ਰਹਿਣਾ ਖਾਣਾ ਫ੍ਰੀ ਆ, ਬੋਆਇਜ਼ ਲਈ ਆ। ਸੋ ਇੱਥੇ ਜਿਹੜਾ ਰਹਿਣ ਤੁਹਾਡਾ ਕੋਈ ਖਰਚਾ ਨਹੀਂ ਆਉਣਾ, ਫ੍ਰੀ ਆਫ ਕੋਸਟ ਆ, ਸੋ ਤੁਸੀਂ ਇਹਦਾ ਲਾਭ ਜਿਹੜਾ ਉਠਾ ਸਕਦੇ ਜੇ। ਸੋ ਆਪਾਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕੇਂਦਰ ਤੁਹਾਡੇ ਨਾਲ ਕਰਨੀਆਂ ਹੈ, ਹੁਣ ਸਾਡੇ ਕੋਲ ਪੰਜਾਬ ਡਿਵੈਲਪਮੈਂਟ ਸਕਿੱਲ ਮਿਸ਼ਨ ਤੋਂ ਆਏ ਨੇ ਸਰ, ਮੈਂ ਬੇਨਤੀ ਕਰਾਂਗਾ ਸਰ ਉਹਨਾਂ ਨੂੰ ਕਿ ਆ ਕੇ ਤੁਹਾਡੇ ਨਾਲ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ, ਕਿਹੜੇ ਕਿਹੜੇ ਕੋਰਸ ਜਿਹੜੇ ਕਰਵਾ ਰਹੇ ਨੇ ਉਹਦੇ ਬਾਰੇ ਗੱਲਬਾਤ ਦੱਸਣਗੇ ਜੀ। ਆਓ ਸਰ ਵੀ। ਐਸਡੀਐਮ ਤੋਂ ਆਏ ਹਾਂ ਤੁਹਾਡੇ ਲਈ ਕੁਝ ਕੁ ਸਕੀਮਸ ਲੈ ਕੇ ਜਿਹੜੀਆਂ ਤੁਹਾਡੇ ਲਈ ਬਿਲਕੁਲ ਫ੍ਰੀ ਆਫ ਕੋਸਟ ਆ। ਸਭ ਤੋਂ ਪਹਿਲਾਂ ਇਹ ਦੱਸੋ ਵੀ ਪੀਐਸਡੀਐਮ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ। ਬੱਚੋ, ਪੀਐਸਡੀਐਮ ਦਾ ਮਤਲਬ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ। ਇਹਦੇ ਵਿੱਚ ਸਕੀਮਸ ਚੱਲਦੀਆਂ ਨੇ, ਜਿਵੇਂ ਸਾਡੇ ਕੋਲ ਹੁਣ ਸਕੀਮ ਚੱਲ ਰਹੀ ਆ DDU GKY, ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਕੋਰਸਿਸ ਕਰਵਾ ਰਹੇ ਹਾਂ। ਸਾਡੇ ਕੋਲ 2 ਤਰ੍ਹਾਂ ਦੇ ਕੋਰਸਿਸ ਚੱਲਦੇ ਨੇ, ਇੱਕ ਇਲੈਕਟ੍ਰੀਕਲ ਦਾ ਅਤੇ ਇੱਕ ਹੋਟਲ ਮੈਨੇਜਮੈਂਟ ਦਾ। ਇਹ ਦੋਵੇਂ ਕੋਰਸ ਕੁੜੀਆਂ ਅਤੇ ਮੁੰਡਿਆਂ ਲਈ ਬਿਲਕੁਲ ਫ੍ਰੀ ਆਫ ਕੋਸਟ ਨੇ, ਇਹਨਾਂ ਦੀ ਕੋਈ ਫੀਸ ਚਾਰਜ ਨਹੀਂ ਕੀਤੀ ਜਾਂਦੀ, ਕਿਉਂਕਿ ਆਪਾਂ ਨੂੰ 10th ਜਾਂ ਪਲੱਸ 2 ਕਰਕੇ ਕਿਤੇ ਵੀ ਨੌਕਰੀ ਲੈਣ ਜਾਵਾਂਗੇ, ਆਪਾਂ ਨੂੰ ਗਾਈਡੈਂਸ ਨਹੀਂ ਹੈਗੀ ਵੀ ਕਰਨਾ ਕੀ ਆ। ਕਿਸੇ ਕੋਲ ਵੀ ਆਪਾਂ ਜੋਬ ਦੀ ਮੰਗ ਰੱਖ ਕੇ ਜਾਵਾਂਗੇ ਵੀ ਸਾਨੂੰ ਜੋਬ ਚਾਹੀਦੀ ਆ, ਪਰ ਸਾਡੇ ਕੋਲ ਇੱਕ ਪਲੈਟਫਾਰਮ ਨਹੀਂ ਹੈਗਾ ਵੀ ਅਸੀਂ ਜੋਬ ਕਰਨੀ ਕਿਹੜੀ ਆ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦਾ ਮੇਨ ਮਕਸਦ ਇਹੀ ਆ ਕਿ ਤੁਹਾਨੂੰ ਸਕਿੱਲ ਦਿੱਤੀ ਜਾਵੇ, ਤੁਹਾਨੂੰ ਸਕਿੱਲ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਪਲੇਸ ਕਰਵਾਇਆ ਜਾਵੇ, ਜੋ ਕਿ ਪੰਜਾਬ 'ਚ ਵੱਧਦੀ ਬੇਰੁਜ਼ਗਾਰੀ ਨੂੰ ਰੋਕਿਆ ਜਾਵੇ।
ਇਹ ਤੁਹਾਨੂੰ ਰੋਜ਼ਗਾਰ ਦੇਣ ਵਾਸਤੇ ਇਹ ਸਕੀਮ ਸਰਕਾਰ ਲੈ ਕੇ ਆਈ ਆ। ਕੌਣ ਕੌਣ ਜਿਹੜਾ ਵਾ ਉਹ ਪਲੱਸ ਟੂ ਤੋਂ ਬਾਅਦ ਨੌਕਰੀ ਕਰਨਾ ਚਾਹੁੰਦਾ ਵਾ, ਚੰਗੀ ਹੈਂਡ ਰੇਜ਼ ਕਰਕੇ ਦੱਸਿਓ। ਤੇ ਹੁਣ ਕੋਈ ਬੱਚਾ ਮੈਨੂੰ ਇਹ ਦੱਸ ਦੇ ਵੀ ਮੈਂ ਸਰ ਇਸ ਫੀਲਡ 'ਚ ਪਲੱਸ ਟੂ ਤੋਂ ਬਾਅਦ ਜੋਬ ਕਰਨੀ ਆ, ਕੋਈ ਬੱਚਾ ਨਹੀਂ ਹੈਗਾ? ਇਸੇ ਕਮੀਆਂ ਨੂੰ ਖਤਮ ਕਰਨ ਲਈ ਸਰਕਾਰ ਸਕਿੱਲ ਕੋਰਸਿਸ ਲੈ ਕੇ ਆਈ ਆ ਕਿ ਤੁਹਾਡੇ ਲਈ ਤੁਹਾਨੂੰ ਕੋਈ ਸਕਿੱਲ ਦੇ ਕੇ ਉਸ ਪਲੈਟਫਾਰਮ ਰਾਹੀਂ ਤੁਹਾਨੂੰ ਅੱਗੇ ਵਧਾਇਆ ਜਾਵੇ ਕਿ ਨੌਕਰੀ ਕੋਈ ਨਾ ਕੋਈ ਦਵਾਈ ਜਾਵੇ। ਸਕਿੱਲ ਲੈਣ ਤੋਂ ਮਤਲਬ ਇਹ ਆ ਕਿ ਤੁਹਾਨੂੰ ਸਕਿੱਲ ਲੈ ਕੇ ਇਹ ਪਤਾ ਲੱਗ ਜੂਗਾ ਵੀ ਅਸੀਂ ਇਸੇ ਪਲੈਟਫਾਰਮ 'ਚ ਇਸੇ ਫੀਲਡ 'ਚ ਅੱਗੇ ਵਧਣਾ ਆ। ਇਹ ਕੋਰਸ ਦੀ ਕੋਈ ਵੀ ਫੀਸ ਨਹੀਂ ਆ, ਨਾ ਹੀ ਮੁੰਡਿਆਂ ਲਈ ਅਤੇ ਨਾ ਹੀ ਕੁੜੀਆਂ ਲਈ। ਵੀ ਕੁਐਸਚਨ ਹੈਗਾ ਆ ਕਿ ਉਹ ਮੈਨੂੰ ਜ਼ਰੂਰ ਪੁੱਛ ਸਕਦਾ ਆ। ਘੱਟੋ ਘੱਟ ਬੱਚਾ ਦਸਵੀਂ ਪੜ੍ਹਿਆ ਹੋਵੇ, ਫਰਦਰ ਉਹਨੇ ਜਿੰਨੀ ਮਰਜ਼ੀ ਸਟੱਡੀ ਕੀਤੀ ਹੋਵੇ ਉਹ ਵਧੀਆ ਆ, ਪਰ ਘੱਟੋ ਘੱਟ ਦਸਵੀਂ ਪੜ੍ਹਿਆ ਹੋਵੇ ਉਹਨਾਂ ਬੱਚਿਆਂ ਲਈ ਇਹ ਕੋਰਸ ਬਿਲਕੁਲ ਫ੍ਰੀ ਆ। ਸੋ ਜਿਹੜੀ ਤੁਹਾਨੂੰ ਫ੍ਰੀ ਅਤੇ ਤੁਹਾਨੂੰ ਰੋਜ਼ਗਾਰ ਵੀ ਮਿਲ ਜਾਣਾ। ਸਾਰਿਆਂ ਨੂੰ ਸਮਝ ਲੱਗ ਗਈ? ਜੇ ਚੱਲਦੇ ਪਏ ਆ ਇੱਕ ਇਲੈਕਟ੍ਰੀਕਲ ਅਤੇ ਇੱਕ ਹੋਟਲ ਮੈਨੇਜਮੈਂਟ। ਇਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਇਕੱਲੀ ਥਰੈਟੀਕਲ ਆਪਾਂ ਦੱਸਣਾ ਵਾ, ਥਿਊਰੀ ਨਹੀਂ ਦੱਸਣੀ, ਤੁਹਾਨੂੰ ਨਾਲ ਨਾਲ ਪ੍ਰੈਕਟੀਕਲ ਨੌਲੇਜ ਵੀ ਦੇਵਾਂਗੇ। ਥਿਊਰੀ ਅਤੇ ਪ੍ਰੈਕਟੀਕਲ ਦੋਵੇਂ ਨਾਲ ਨਾਲ ਹੀ ਚੱਲਣਗੇ। ਇਹਦੇ ਵਿੱਚ ਜਦੋਂ ਤੁਹਾਡਾ ਕੋਰਸ ਕੰਪਲੀਟ ਹੋ ਜੂਗਾ ਉਹਦੇ ਉਹ ਤੋਂ ਬਾਅਦ ਤੁਹਾਨੂੰ ਨਾ ਇੱਕ ਸਰਟੀਫਿਕੇਟ ਦਿੱਤਾ ਜਾਊਗਾ ਜਿਹੜਾ ਸਕਿੱਲ ਇੰਡੀਆ ਵੱਲੋਂ ਅਪਰੂਵਡ ਹੁੰਦਾ ਆ। ਉਹ ਸਰਟੀਫਿਕੇਟ ਆਪਣਾ ਸਾਰੇ ਕਿਤੇ ਚੱਲਦਾ ਆ। ਉਸ ਤੋਂ ਬਾਅਦ ਤੁਹਾਨੂੰ ਜਦੋਂ ਜੋਬ ਦਵਾਈ ਜਾਏਗੀ ਜੋਬ ਟ੍ਰੇਨਿੰਗ ਸਰਟੀਫਿਕੇਟ ਵੀ ਦਿੱਤਾ ਜਾਏਗਾ, ਉਹਦੇ ਵੀ ਬਹੁਤ ਸਾਰੇ ਬੈਨੀਫਿਟਸ ਨੇ। ਜੇ ਕੋਈ ਬੱਚਾ ਅੱਗੇ ਫਰਦਰ ਸਟੱਡੀ ਕਰਨ ਲਈ ਫੋਰਨ ਜਾਣਾ ਚਾਹੁੰਦਾ ਹੈ, ਅਬਰੋਡ ਜਾਣਾ ਚਾਹੁੰਦਾ ਆ, ਇਹ ਸਰਟੀਫਿਕੇਟ ਉੱਥੇ ਵੀ ਚੱਲਦੇ ਨੇ। ਹੋਰ ਕਿਸੇ ਬੱਚੇ ਦਾ ਕੋਈ ਕੁਐਸਚਨ ਹੋਵੇ? ਹਾਂਜੀ, ਡਿਊਰੇਸ਼ਨ 4 ਤੋਂ 6 ਮਹੀਨੇ ਰਹੇਗੀ। ਇਹਦੇ ਵਿੱਚ ਵਿੱਚ ਤੁਹਾਨੂੰ ਜਦੋਂ ਤੁਹਾਡੀ ਅਸੈਸਮੈਂਟ ਹੋ ਗਈ, ਲਾਸਟ ਇਗਜ਼ਾਮ ਹੋ ਗਿਆ, ਉਹ ਤੋਂ ਨਾਲ ਹੀ ਤੁਹਾਨੂੰ ਪਲੇਸ ਕਿਤੇ ਨਾ ਕਿਤੇ ਕਰਵਾ ਦਿੱਤਾ ਜਾਏਗਾ ਚੰਗੀ ਕੰਪਨੀ 'ਚ। ਮੇਨ ਮੋਟਿਵ ਇਹੀ ਆ ਕਿ ਪੰਜਾਬ 'ਚ ਜਿਹੜੀ ਵੱਧਦੀ ਪਈ ਆ ਬੇਰੁਜ਼ਗਾਰੀ ਉਹਨੂੰ ਰੋਕਿਆ ਜਾਵੇ, ਤੁਹਾਨੂੰ ਰੋਜ਼ਗਾਰ ਦਿੱਤਾ ਜਾਵੇ। ਹੋਰ ਕੋਈ ਬੱਚੇ ਦਾ ਕੋਈ ਕੁਐਸਚਨ ਹੋਵੇ? ਮੁੰਡੇ ਕੁਐਸਚਨ ਪੁੱਛਦੇ ਹੋਏ, ਕੁੜੀਆਂ ਨੇ ਨਹੀਂ ਪੁੱਛਣਾ? ਕੋਈ ਕੁਐਸਚਨ ਨਹੀਂ ਕਿਸੇ ਦਾ? ਆਪਣੇ ਘਰਾਂ 'ਚ ਵੱਡੇ ਭੈਣ ਭਾਈ ਆਪਣੇ ਬੈਠੇ ਆ ਗਈ ਪੀਓ, ਆਪਣੇ ਘਰਾਂ 'ਚ ਵੱਡੇ ਭੈਣ ਭਾਈ ਬੈਠੇ ਆ, ਆਪਾਂ ਉਹਨਾਂ ਨੂੰ ਵੀ ਦੱਸੀਏ। ਰਾਜੇ ਕੋਰਸ ਜਿਹੜਾ ਵਾ ਉਹ ਗਵਰਨਮੈਂਟ ਰਹੇਗਾ, ਜੋਬ ਤੁਹਾਡੀ ਪ੍ਰਾਈਵੇਟ ਰਹੇਗੀ। ਇਹਦੇ ਨਾਲ ਨਾਲ ਜਿਹੜੀਆਂ ਕਲਾਸਿਸ ਤੁਹਾਨੂੰ ਦੱਸੀਆਂ ਨੇ 2 ਡੋਮੇਨਾਂ ਚੱਲਦੀਆਂ ਨੇ, ਇਲੈਕਟ੍ਰੀਕਲ ਡੋਮੇਨ ਅਤੇ ਹੋਟਲ ਮੈਨੇਜਮੈਂਟ ਡੋਮੇਨ। ਇਹਦੇ ਨਾਲ ਨਾਲ ਤੁਹਾਨੂੰ ਕੰਪਿਊਟਰ ਕਲਾਸਿਸ ਵੀ ਦਿੱਤੀਆਂ ਜਾਣਗੀਆਂ, ਉਹ ਵੀ ਫ੍ਰੀ ਆਫ ਕੋਸਟ, ਅਤੇ ਤੁਹਾਨੂੰ ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਵੀ ਫ੍ਰੀ ਆਫ ਕੋਸਟ ਦਿੱਤੀਆਂ ਜਾਣਗੀਆਂ। ਪਰਸਨੈਲਿਟੀ ਡਿਵੈਲਪਮੈਂਟ ਦੀਆਂ ਵੀ ਕਲਾਸਿਸ ਫ੍ਰੀ ਆਫ ਕੋਸਟ ਆ, ਅਤੇ ਇੰਟਰਵਿਊ ਪ੍ਰੈਪਰੇਸ਼ਨ ਦੀਆਂ ਕਲਾਸਿਸ ਵੀ ਫ੍ਰੀ ਆਫ ਕੋਸਟ ਆ। ਇਹ ਸਾਰਾ ਕੋਰਸ ਤੁਹਾਡੇ ਕੋਰਸ 'ਚ ਹੀ ਆ ਜਾਂਦਾ ਵਾ,
ਏ ਟੂ ਜੈਡ ਜੋ ਵੀ ਤੁਹਾਨੂੰ ਉੱਥੇ ਕੋਰਸ ਸਟੱਡੀ ਕਰਵਾਏ ਜਾਏਗੀ ਕੋਰਸ ਦੇ ਅੰਦਰ, ਉਹ ਬਿਲਕੁਲ ਫ੍ਰੀ ਆਫ ਕੋਸਟ ਆ, ਉਹਦਾ ਕੋਈ ਵੀ ਚਾਰਜ ਤੁਹਾਡੇ ਕੋਲ ਨਹੀਂ ਦਿੱਤਾ ਜਾਏਗਾ। ਆਪਾਂ ਜ਼ਰੂਰ ਆਪਣੇ ਤੁਹਾਡੇ ਨਾਲ ਬੜੀ ਇੰਪੋਰਟੈਂਟ ਜਾਣਕਾਰੀ ਸਾਨੂੰ ਸ਼ੇਅਰ ਕੀਤੀ। ਤੁਹਾਡੇ ਜਿਹੜੇ ਸਕੂਲ ਦੇ ਵਿੱਚ ਕੈਰੀਅਰ ਅਧਿਆਪਕ ਨੇ, ਇੱਕ ਸਕੂਲ ਦੇ ਵਿੱਚ ਐਕਸਟਰਾ ਉਹਨਾਂ ਨੂੰ ਕੰਮ ਦਿੱਤਾ ਗਿਆ ਕਿ ਬੱਚਿਆਂ ਨੂੰ ਕੌਂਸਲਿੰਗ ਕਰਨ, ਉਹਨਾਂ ਦੇ ਕਦੇ ਕਦੇ ਬੱਚੇ ਦੇ। ਇਸ ਤੋਂ ਇਲਾਵਾ ਫਿਰ ਤੁਹਾਡਾ ਕੋਈ ਵੱਡਾ ਭੈਣ ਭਰਾ ਜਿਹਨੇ ਗ੍ਰੈਜੂਏਸ਼ਨ BA ਕਰਨੀ, BED ਕਰਨੀ, PhD ਕਰਨੀ, ਬਹੁਤ ਪੜ੍ਹਿਆ, ਲੇਕਿਨ ਫਿਰ ਉਹਨੂੰ ਪਤਾ ਨਹੀਂ ਲੱਗਣ ਦਿਆ ਵੀ ਉਹਨੇ ਕਰਨਾ ਕੀ ਜ਼ਿੰਦਗੀ 'ਚ। ਇਸ ਕਰਕੇ ਕੈਰੀਅਰ ਕੌਂਸਲਿੰਗ ਦੀ ਲੋੜ ਪੈਂਦੀ ਹੈ। ਜ਼ਿਲ੍ਹੇ, ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਕੈਰੀਅਰ ਕੌਂਸਲਰ ਦੀ ਪੋਸਟ ਬਣਾਈ ਗਈ ਹੈ। ਸੋ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਸ਼੍ਰੀ ਗੌਰਵ ਕੁਮਾਰ ਜੀ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਗਾਈਡ ਕਰ ਚੁੱਕੇ ਨੇ ਔਰ ਆਪਣੇ ਜੋਬਸ ਉਹ ਕਰ ਰਹੇ ਨੇ। ਸੋ ਮੇਨ ਤੌਰ 'ਤੇ ਕਿਹੜਾ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਪੜ੍ਹਨ ਲਿਖਣ ਤੋਂ ਬਾਅਦ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰਾਂ। ਹੁਣ ਇਹਨਾਂ ਬੱਚਿਆਂ ਨੇ ਕੁਐਸਚਨ ਪੁੱਛੇ, ਬਹੁਤ ਵਧੀਆ ਗੱਲ ਆ, ਤੁਹਾਨੂੰ ਆਦਤ ਪਾਓ ਕੁਐਸਚਨ ਪੁੱਛਣ ਦੇ। ਇੱਕ ਬੱਚਾ ਕੁਐਸਚਨ ਪੁੱਛ ਰਿਹਾ ਅਤੇ ਉਹਦੇ ਨਾਲ ਬਾਕੀਆਂ ਨੂੰ ਇਹਦਾ ਗਿਆਨ 'ਚ ਵਾਧਾ ਹੁੰਦਾ। ਸੋ ਆਸ ਹੈ ਕਿ ਕਾਫ਼ੀ ਚੀਜ਼ਾਂ ਤੁਹਾਨੂੰ ਸਮਝ ਲੱਗੀਆਂ ਹੋਣੀਆਂ, ਬਹੁਤ ਕੁਛ ਅਜੇ ਤੁਹਾਨੂੰ ਹੋਰ ਵੀ ਦੱਸਣਾ। ਸੋ ਮੈਂ ਬੇਨਤੀ ਕਰਾਂਗਾ ਬਲੋਕ ਕੈਰੀਅਰ ਕੌਂਸਲਰ ਸਰਦਾਰ ਮਨਜੀਤ ਸਿੰਘ ਜੀ, ਜਿਹੜੇ ਕਿ ਘੁਆਲੀ ਸਕੂਲ ਤੋਂ ਨੇ, 5 ਮਿੰਟ ਲਈ ਕੈਰੀਅਰ ਕੌਂਸਲਿੰਗ 'ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਜੀ। ਸਰਦਾਰ ਮਨਜੀਤ ਸਿੰਘ, ਬਹੁਤ ਹੀ ਸਤਿਕਾਰਯੋਗ ਸ੍ਰੀ ਗੌਰਵ ਕੁਮਾਰ ਜੀ, ਜੋ ਰੁਜ਼ਗਾਰ ਦਫ਼ਤਰ ਤੋਂ ਜ਼ਿਲ੍ਹਾ ਕਰੀਅਰ ਕੌਂਸਲਰ ਨੇ, ਸਰਦਾਰ ਸੁਖਪਾਲ ਸਿੰਘ ਜੀ, ਉਹਨਾਂ ਦੀ ਸਮੁੱਚੀ ਟੀਮ, ਇਸ ਸਕੂਲ ਦੇ ਸਟਾਫ ਮੈਂਬਰਸ, ਸੋ ਬਹੁਤ ਸਾਰੇ ਅਧਿਆਪਕ ਸਾਹਿਬਾਨ ਅਤੇ ਪਿਆਰੇ ਬੱਚੇ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਤੁਸੀਂ ਬਹੁਤ ਹੀ, ਮੈਂ ਇਹੀ ਸਮਝੂੰਗਾ ਕਿ ਵਡਭਾਗੀ ਜਿਹਨੂੰ ਕਹਿੰਦੇ ਨਾ ਕਰਮਾਂ ਵਾਲੇ ਹੋ ਤੁਸੀਂ, ਵੀ ਜਿਹੜੀ ਤੁਹਾਨੂੰ ਇਹ ਜਾਣਕਾਰੀ ਜਿਹੜੀ ਤੁਹਾਨੂੰ ਸਕੂਲ ਲੈਵਲ 'ਤੇ ਮਿਲ ਰਹੀ, ਇਹ ਜੋ ਟੀਮ ਹੈ ਜੋ ਤੁਹਾਡੇ ਲਈ ਇਸ ਸਕੂਲ ਦੇ ਵਿੱਚ ਹੀ, ਸਾਰੇ ਸਕੂਲਾਂ ਦੇ ਵਿੱਚ ਹੀ ਪਹੁੰਚ ਕੇ ਸਿਰਫ ਇਹੀ ਜਾਣਕਾਰੀ ਦੇਣੀ ਤੁਹਾਨੂੰ ਕਿ ਸਾਡੇ ਜਿਹੜੇ ਬੇਰੁਜ਼ਗਾਰੀ ਜਿਹੜੀ ਹੈ ਖਤਮ ਹੋ ਜਾਵੇ, ਸਾਰੇ ਬੱਚਾ ਵਾ ਜਿਹੜਾ ਉਹਨੂੰ ਰੁਜ਼ਗਾਰ ਮਿਲੇ। ਹੁਣ ਤੁਹਾਡੇ ਵਿੱਚੋਂ 9ਵੀਂ ਤੋਂ ਲੈ ਕੇ 12ਵੀਂ ਤੱਕ ਬੱਚੇ ਬੈਠੇ ਨੇ ਸਾਰੇ, ਕਿਉਂਕਿ 9ਵੀਂ ਵਾਲੇ ਬੱਚੇ ਵੀ ਸ਼ਾਮਿਲ ਕੀਤੇ ਗਏ ਨੇ, ਕਿਉਂਕਿ 12ਵੀਂ ਤੱਕ ਜਾਂਦੇ ਜਾਂਦੇ ਬੱਚੇ ਨੂੰ ਇਹ ਪਤਾ ਲੱਗ ਜਾਏ ਕਿ ਮੈਂ +2 ਬਾਅਦ ਕਰਨਾ ਕੀ ਹੈ। ਨਹੀਂ ਤਾਂ ਬੱਚੇ ਸੋਚਦੇ ਵੀ ਕੋਈ ਨਹੀਂ, +2 ਕਰਨ ਤੋਂ ਬਾਅਦ ਸੋਚਾਂਗੇ, ਪਰ ਅਸਲ ਵਿੱਚ ਆਪਾਂ ਅਸੀਂ ਵੀ ਸਕੂਲ ਦੇ ਵਿੱਚ ਜਦੋਂ ਦੇਖਦੇ ਹਾਂ ਬੱਚਾ ਜਦੋਂ +2 ਦੇ ਪੇਪਰ ਦੇ ਦਿੰਦਾ, ਪੇਪਰ ਦੇਣ ਤੋਂ ਬਾਅਦ ਉਹ ਜਿਹੜਾ ਸਮਾਂ ਹੁੰਦਾ ਨਾ, ਉਹ ਉਹਦੇ ਲਈ ਬਹੁਤ ਹੀ ਸੋਚਣ ਵਾਲਾ ਵਿਸ਼ਾ ਬਣ ਜਾਂਦਾ, ਇੱਕ ਇਹੋ ਸਮਾਂ ਵੀ ਉਹਨੂੰ ਸਮਝ ਨਹੀਂ ਲੱਗਦੀ ਕਿ ਮੈਂ ਅੱਗੇ ਜਾ ਕੇ ਕਰਾਂ। ਇਸ ਕਰਕੇ ਬੇਟੇ, ਤੁਸੀਂ ਜਿੰਨਾ ਵੱਧ ਤੋਂ ਵੱਧ ਸਕੂਲ ਲੈਵਲ 'ਤੇ ਆਪਣੇ ਅਧਿਆਪਕ ਕੋਲੋਂ, ਕਰੀਅਰ ਅਧਿਆਪਕ ਹਰੇਕ ਸਕੂਲ ਦੇ ਵਿੱਚ ਹੈਗੇ ਨੇ ਸਾਰੇ, ਹਰੇਕ ਬੱਚੇ ਨੂੰ ਪਤਾ ਹੈਗਾ ਸਾਡੇ ਸਕੂਲ ਦੇ ਕੌਣ ਹੈਗੇ ਕਰੀਅਰ ਅਧਿਆਪਕ, ਪਤਾ ਸਾਰਿਆਂ ਨੂੰ, ਅਤੇ ਤੁਸੀਂ ਉਹਨਾਂ ਦੀ ਹੈਲਪ ਲੈ ਸਕੋ। ਤੁਸੀਂ ਹੁਣ ਸਮਾਂ ਸਕੂਲ ਦੇ ਵਿੱਚੋਂ ਐਡੀ ਦੂਰੋਂ ਆਏ ਹੋ, ਕੁਛ ਨਾ ਕੁਛ ਸਿੱਖਣ ਵਾਸਤੇ ਆਏ ਹੋ, ਇੱਥੇ ਆ ਕੇ ਆਪਣੇ ਦਿਮਾਗ 'ਤੇ ਇੱਕ ਚੀਜ਼ ਬਿਠਾਲੋ ਵੀ ਅੱਜ ਤੋਂ ਬਾਅਦ ਸੋਚਣਾ ਸ਼ੁਰੂ ਕਰ ਦਿਓ, ਜਿਹੜੇ +2 ਦੇ ਵਿੱਚ ਹੈਗੇ ਉਹਨਾਂ ਕੋਲ ਹੈਗੇ 1-2 ਮਹੀਨੇ, ਇੰਨੇ ਰਹਿ ਗਏ ਨਾ ਮਾਰਚ ਵਿੱਚ ਪੇਪਰ ਤੋਂ ਦੇਣ ਤੋਂ ਬਾਅਦ, ਉਹਨਾਂ ਨੇ ਫਿਰ ਇਹ ਦੇਖਣਾ ਵੀ ਕਰਨਾ ਕੀ ਹੈ।
ਪੜ੍ਹਾਈ ਕਰ ਲਈ ਹੈ ਤੋਂ ਕੋਈ ਕੋਰਸ ਕਰਨਾ ਹੈਗਾ ਵਾ। ਇਸ ਕਰਕੇ ਇਸ ਨੂੰ ਪਹਿਲਾਂ ਵੀ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਓ ਕਿ ਅੱਗੇ ਜਾ ਕੇ ਕੀ ਕਰਨਾ ਹੈ, ਠੀਕ ਹੈ ਨਾ ਬੇਟਾ। ਸਾਰੇ ਫੋਨ ਨੰਬਰ ਨੋਟ ਕਰ ਲਓ, ਕਰੀਅਰ ਅਧਿਆਪਕ ਨੂੰ ਮਿਲੋ, ਆਪਣੇ ਸਕੂਲ ਦੇ ਜਾ ਕੇ ਉਹਨਾਂ ਨੂੰ ਪੁੱਛੋ ਕਿ ਸਰ ਮੈਂ ਆਹ ਕੰਮ ਕਰ ਸਕਦਾ ਤਾਂ ਮੈਂ ਅੱਗੇ ਜਾ ਕੇ ਕੀ ਕਰਾਂ, ਮੇਰਾ ਰੁਚੀ ਜਿਹੜੀ ਆ ਇਸ ਕੋਰਸ ਵਿੱਚ ਹੈ, ਠੀਕ ਹੈ ਨਾ ਬੇਟਾ। ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਕੂਲ ਦੇ ਸਮਾਨ ਪਹੁੰਚੇ ਨੇ, ITI ਤੋਂ ਮੈਡਮ ਸਿਮਰਨਜੀਤ ਕੌਰ ਆਏ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਸੋ ਬੇਟਾ ਸਰਦਾਰ ਮਨਜੀਤ ਸਿੰਘ ਜੀ ਤੁਹਾਡੇ ਬਲਾਕ ਦੇ ਕੈਰੀਅਰ ਕੌਂਸਲਰ ਨੇ, ਜਿਹੜੀ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਆਪਾਂ ਇਹਨਾਂ ਨੂੰ ਭੇਜਦੇ ਹਾਂ ਅਤੇ ਇਮੀਡੀਏਟਲੀ ਤੁਹਾਡੇ ਸਕੂਲ ਟੀਚਰ ਕੋਲ ਪਹੁੰਚ ਜਾਂਦੀ ਹੈ। ਦੋ ਤਰ੍ਹਾਂ ਦੇ ਪਰਫੋਰਮੇ ਮੇਰੇ ਖਿਆਲ ਤੁਸੀਂ ਬੱਚਿਆਂ ਨੇ ਭਰੇ ਹੋਣਗੇ, ਇੱਕ ਤਾਂ ਮਾਸ ਕਾਉਂਸਲਿੰਗ ਦਾ ਹੈ, ਹਰੇਕ ਬੱਚੇ ਨੇ ਭਰਨਾ, ਉਹ 'ਚ ਤੁਹਾਡਾ ਜਿਹੜਾ ਡਾਟਾ ਜ਼ਿਲ੍ਹਾ ਪੱਧਰ 'ਤੇ ਆ ਜਾਏਗਾ ਕਿ ਕਿਹੜਾ ਬੱਚਾ 9ਵੀਂ 'ਚ ਪੜ੍ਹ ਰਿਹਾ, ਕਿਹੜਾ 10ਵੀਂ, 11ਵੀਂ, 12ਵੀਂ। ਇੱਕ ਪਰਫੋਰਮ ਹੈਗਾ ਆਈ ਐਕਸਪਾਇਰ ਇੰਸਪਾਇਰ ਦਾ, ਜਿਹੜਾ ਕਿ DC ਮੈਡਮ ਵੱਲੋਂ ਤਿਆਰ ਕੀਤਾ ਗਿਆ ਹੈ, ਔਰ ਮੈਡਮ ਚਾਹੁੰਦੇ ਆ ਕਿ ਜੇ ਕੋਈ ਬੱਚਾ IPS ਜਾਂ IAS ਬਣਨਾ ਚਾਹੁੰਦਾ ਉਹਦੀ ਕੋਚਿੰਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਜਾਊਗੀ। ਸੋ ਦੋ ਪਰਫੋਰਮ ਜਿਹੜੇ ਤੁਹਾਡੇ ਸਕੂਲ ਲੈਵਲ 'ਤੇ ਆਉਣਗੇ, ਇੱਕ ਤਾਂ ਮਾਸ ਕਾਉਂਸਲਿੰਗ ਦਾ ਹੈ ਅਤੇ ਇੱਕ ਆਈ ਇੰਸਪਾਇਰ ਦਾ, ਇਹ ਦੋਵੇਂ ਜ਼ਰੂਰ ਭਰਨੇ ਹੈ ਕਿਉਂਕਿ DC ਮੈਡਮ ਜਿਹੜੇ ਸਾਡੇ ਸਾਕਸ਼ੀ ਸਾਹਨੀ ਹੈ, ਸਾਡਾ ਜਿਹੜਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ ਅਤੇ 3 ਕੁ ਲੜਕੀਆਂ 2 ਕੁ ਮੁੰਡੇ ਜਿਹੜੇ ਕਹਿੰਦੇ IAPS ਅਤੇ IAS ਬਣਨਾ ਤਾਂ ਆਪਣੇ ਰੂਮ 'ਚ ਲੈ ਗਏ ਉਹਨਾਂ ਨੂੰ, ਔਰ ਮੈਡਮ DC ਖੁਦ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਆਪਣੀ ਚੇਅਰ 'ਤੇ ਉਹਨਾਂ ਬੱਚਿਆਂ ਨੂੰ ਬਿਠਾ ਤਾ ਵਾਰੀ ਵਾਰੀ। ਕਹਿੰਦੇ ਹੁਣ ਤੁਸੀਂ ਫੀਲਿੰਗ ਲਓ ਵੀ ਕਿਸ ਤਰ੍ਹਾਂ ਫੀਲ ਕਰਦੇ, ਆਰਡਰ ਕਰੋ, ਬੈਲ ਮਾਰੋ, ਆਪਣੇ PA ਨੂੰ ਬੁਲਾਓ। ਸੋ ਬੇਟਾ ਫੀਲਿੰਗਸ ਲਓ ਕਿ ਅਸੀਂ ਕੁਛ ਨਾ ਕੁਛ ਬਣਨਾ ਜ਼ਿੰਦਗੀ 'ਚ, ਪਰ ਉਹ ਅਸੀਂ ਕਿਉਂ ਨਹੀਂ ਸੋਚ ਪਾਉਂਦੇ ਕਿਉਂਕਿ ਸਾਡੀ ਕਾਉਂਸਲਿੰਗ ਨਹੀਂ ਹੋਈ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਜੇਕਰ ਪਾਪਾ ਨੇ ਕਿਹਾ ਬੇਟਾ ਫੌਜੀ ਬਣਨਾ ਤਾਂ ਬੇਟਾ ਫੌਜੀ ਬਣਨਾ, ਜੇ ਬੇਟੀ ਨੇ ਕਿਹਾ ਬੇਟਾ ਟੀਚਰ ਬਣਨਾ ਤੂੰ ਬੇਟਾ ਟੀਚਰ ਹੀ ਬਣਨਾ, BED ਹੀ ਕਰਨੀ। ਪਰ ਹੋ ਸਕਦਾ ਕਿ ਤੁਹਾਡੀ ਜ਼ਿੰਦਗੀ ਦੇ ਨਿਸ਼ਾਨਾ ਕੁਛ ਹੋਰ ਹੋਵੇ, ਕਿਉਂਕਿ ਹਰੇਕ ਬੱਚੇ ਨੇ ਜੋਬ ਜਾਂ ਆਪਣਾ ਬਿਜ਼ਨਸ ਕਰਨਾ ਹੈ, ਸਿਰਫ ਲੋੜ ਹੈਗੀ ਉਹਦੀ ਕਾਉਂਸਲਿੰਗ ਦੀ। ਉਹ ਕਾਉਂਸਲਿੰਗ ਅਸੀਂ ਬਲਾਕ ਲੈਵਲ 'ਤੇ ਇਸੇ ਕਰਕੇ ਤੁਹਾਡਾ ਕਰਕੇ ਕਰਵਾਉਣਾ ਹੈ, ਤੁਹਾਡੇ ਸਹਿਯੋਗ ਦੇ ਨਾਲ ਹੀ। ਸਾਰੇ ਬੱਚੇ ਵੈਸੇ ਵਧੀਆ ਕਲਾਸ ਲੈ ਰਹੇ, ਕੁਛ ਇੱਕ ਬੱਚੇ ਪਿੱਛੋਂ ਛੱਡ ਕੇ ਜਿਹੜੀ ਗੱਲਾਂ ਕਰ ਰਹੇ ਆ, ਹਰੇਕ ਚੀਜ਼ ਜਿਹੜੀ ਸੁਣਨ ਵਾਲੀ ਹੈ, ਇੱਕ ਚੀਜ਼ ਜਿਹੜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਸੋ ਹੁਣ ਮੈਂ ਬਿਨਾਂ ਕਿਸੇ ਦੇ ਗੁੱਡ ਮਾਰਨਿੰਗ ਐਵਰੀਵਨ, ਮੇਰਾ ਨਾਮ ਸਿਮਰਨਜੀਤ ਕੌਰ ਹੈ ਅਤੇ ਮੈਂ ਕੰਪਿਊਟਰ ਇੰਸਟਰਕਟਰ ਹਾਂ ITI ਲੋਕੋਕੇ ਦੇ ਵਿੱਚ, ਆਹ ਤੁਹਾਡੇ ਲਾਗੀ ਕੋਲੇਜ ਹੈ। ਤੋ ਮੈਂ ਬੜਾ ਹੀ ਸ਼ੋਰਟ ਦੇ ਵਿੱਚ ਤੁਹਾਡੇ ਨਾਲ ਗੱਲ ਕਰੂੰਗੀ। ਤੁਹਾਨੂੰ ਕੋਈ ਵੀ ਇਨਕੁਆਇਰੀ ਹੋਈ, ਕੋਈ ਵੀ ਕੁਛ ਵੀ ਪੁੱਛਣਾ ਹੋਇਆ ਤਾਂ ਤੁਸੀਂ ਮੈਨੂੰ ਹੈਂਡ ਰੇਜ਼ ਕਰਿਓ ਅਤੇ ਆਪਣਾ ਕੁਸ਼ਚਨ ਪੁੱਟ ਅਪ ਕਰਿਓ, ਮੈਂ ਤੁਹਾਨੂੰ ਆਨਸਰ ਦਊਂਗੀ। ITI ਲੋਕੋਕੇ ਦੇ ਵਿੱਚ ਟੋਟਲ 10 ਸਟੇਟਸ ਨੇ। ਪਹਿਲੇ ਇੱਥੇ ਕੁਛ ਕੁ ਸਮਾਂ ਪਹਿਲੇ ਇੱਥੇ 2012 ਦੇ ਵਿੱਚ 3 ਕਲਾਸਾਂ ਸੀ ਜਿਹੜੀਆਂ NCVT ਸੀ, ਔਰ ਬਾਕੀ 2-3 ਕਲਾਸਾਂ ਜਿਹੜੀਆਂ ਸੀ SCVT ਸੀ। ਤੋ ਹੁਣ ਅਸੀਂ 10 ਦੀਆਂ 10 ਕਲਾਸਾਂ ਜਿਹੜੀਆਂ ਹੈ NCVT ਲੈਵਲ 'ਤੇ ਐਫੀਲੇਟ ਕਰਾ ਲਈਆਂ ਨੇ। ਤੋ NCVT ਦਾ ਮਤਲਬ ਕੀ ਹੁੰਦਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਦੱਸੂੰਗੀ। NCVT ਮਤਲਬ ਕਿ ਤੁਹਾਡਾ ਜਿਹੜਾ ਇਹ ਇਸ ਟਾਈਮ ਦੇ ਵਿੱਚ ਜਿਹੜੀਆਂ 10 ਦੀਆਂ 10 ਸਟੇਟਾਂ ਨੇ ਉਹ ਸਾਰੀਆਂ ਹੀ ਨੈਸ਼ਨਲ ਲੈਵਲ 'ਤੇ ਐਫੀਲੇਟਿਡ ਨੇ। ਪੰਜਾਬੀ 'ਚ ਜਿਵੇਂ ਸਰਲ ਸ਼ਬਦਾਂ ਦੇ ਵਿੱਚ ਕਹਿ ਲਓ ਕਿ ਇਹ ਸਰਟੀਫਿਕੇਟ ਦੀ ਵੈਲਿਊ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ, ਫੋਰਨ ਕੰਟਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ। ਇੰਨੀ ਕੁ ਜ਼ਿਆਦਾ ਹੈ ਕਿ ਜੇ ITI ਵਾਲੇ ਬੱਚੇ ਕੁਆਲੀਫਾਈਡ ਅਤੇ ਸਕਿੱਲਡ, ਇਹ ਨਹੀਂ ਕਿ ਤੁਸੀਂ ਕਹਿ ਲਓ ਕਿ ਅਸੀਂ ਸਿੱਖਣਾ ਨਹੀਂ ਹੈ ਅਤੇ ਸਾਡੇ ਕੋਲ ਸਰਟੀਫਿਕੇਟ ਹੈ, ਅਤੇ ਫਿਰ ਅਗਰ ਤੁਸੀਂ ਸਕਿੱਲਡ ਹੋ, ITI ਦਾ ਸਰਟੀਫਿਕੇਟ ਹੈ,
ਤੇ ਤੁਹਾਡੇ ਕੰਪੈਰੀਟਿਵਲੀ ਅਗਰ ਕੋਈ ਬੀਟੈਕ ਵਾਲਾ ਬੱਚਾ ਵੀ ਬੈਠਾ ਹੈ, ਬੀਐਸਸੀ ਵਾਲਾ ਬੱਚਾ ਬੈਠਾ ਹੈ, ਐਮਐਸਸੀ ਵਾਲਾ ਬੱਚਾ ਬੈਠਾ ਹੈ ਇਨ ਇੰਟਰਵਿਊ, ਪਰ ਫੋਰਨ ਕੰਟਰੀ ਦੇ ਵਿੱਚ ਪ੍ਰੈਫਰੈਂਸ ਤੁਹਾਨੂੰ ਦਿੱਤੀ ਜਾਏਗੀ। ਕਿਉਂ? ਕਿਉਂਕਿ ਉਹ ਸਾਰੀਆਂ ਡਿਵੈਲਪਿੰਗ ਕੰਟਰੀਆਂ ਹੈ, ਡਿਵੈਲਪਿੰਗ ਕੰਟਰੀਆਂ ਮਤਲਬ ਡਿਵੈਲਪ ਹੋ ਰਹੀਆਂ ਹੈ, ਉੱਥੇ ਵੈਲਡਰ ਦੀ ਵੀ ਲੋੜ ਹੈ, ਉੱਥੇ ਕੰਸਟਰਕਸ਼ਨ ਦੇ ਲਈ ਜਿਹੜੇ ਸਿਵਲ ਦੇ ਡਰਾਫਟਮੈਨ ਦੇ ਕੋਰਸ ਆ ਉਹਨਾਂ ਦੀ ਲੋੜ ਹੈ, ਠੀਕ ਹੈ, ਵੈਲਡਿੰਗ ਦੀ ਲੋੜ ਹੈ, ਪਲੰਬਰ ਦੀ ਲੋੜ ਹੈ, ਕਿਉਂਕਿ ਇਹ ਸਾਰੇ ਕੰਮ ਕੋਈ ਵੀ ਬਿਲਡਿੰਗ ਬਣਦੀ ਹੈ ਅਤੇ ਉੱਥੇ ਇਹਨਾਂ ਕੰਮਾਂ ਦੀ ਵਰਤੋਂ ਹੁੰਦੀ ਹੈ। ਤੋ ਡੈਫੀਨੇਟਲੀ ਬੀਟੈਕ ਵਾਲੇ ਬੱਚੇ ਨੂੰ, ਬੀਐਸਸੀ ਵਾਲੇ ਬੱਚੇ ਨੂੰ, ਐਮਐਸਸੀ ਵਾਲੇ ਬੱਚੇ ਨੂੰ ਇੰਨਾ ਜਿਹੜਾ ਹੈ ਪ੍ਰੈਕਟੀਕਲ ਵਰਕ ਨਹੀਂ ਸਿਖਾਇਆ ਜਾਂਦਾ। ਤੋ ਆਈਟੀਆਈਜ਼ ਦਾ ਮਤਲਬ ਇਹੀ ਹੈ, ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ, ਉਹਨਾਂ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਨ ਦੇ ਲਈ ਟ੍ਰੇਨਡ ਕੀਤਾ ਜਾਂਦਾ ਹੈ। ਤੁਸੀਂ ਪਲੱਸ ਟੂ ਕੀਤੀ ਹੈ, ਉਸ ਤੋਂ ਬਾਅਦ ਬਹੁਤ ਸਾਰੇ ਜਿਸ ਤਰ੍ਹਾਂ ਕਿ ਮੈਂ ਮੈਡਮ ਹੋਣਾ ਤੁਹਾਡੇ ਨਾਲ ਗੱਲ ਕੀਤੀ ਹੈ, ਤੁਹਾਡੇ 'ਚੋਂ ਕੁਛ ਬੱਚੇ ਬਾਹਰ ਜਾਣਾ ਚਾਹੁੰਦੇ ਹੋਣਗੇ। ਮੇਰੇ ਕੋਲ 2-3 ਉਦਾਹਰਣਾਂ ਸੀ, ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਇੱਕ ਤਾਂ ਸਾਡੇ ਰਿਸ਼ਤੇਦਾਰ ਇੱਥੇ ਪਿੰਡ ਕਾਵੇ ਰਹਿੰਦੇ, ਉਹਨਾਂ ਦਾ ਬੇਟਾ ਇਸ ਵੇਲੇ ਆਈਟੀ ਕੋਰਸ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ। ਤੋ ਉਹਨੇ ਇੱਥੋਂ ਕੰਪਿਊਟਰ ਦਾ ਜਿਹੜਾ ਕੋਰਸ ਕੀਤਾ ਸੀ ਆਈਟੀਆਈ ਰੋਪੋਗੇ, ਤੋਂ ਮੈਨੂੰ ਪਤਾ ਕਿ ਉਹਦੇ ਸਰਟੀਫਿਕੇਟ ਦੀ ਵੈਲਿਊ ਪਈ ਹੈ। ਇਸੇ ਤਰ੍ਹਾਂ ਬੇਟਾ ਅੰਮ੍ਰਿਤਸਰ GNDU ਦੇ ਸਾਹਮਣੇ ਇੱਕ ਸੰਸਥਾ ਹੈਗੀ ਸਨ ਫਾਊਂਡੇਸ਼ਨ, SUN ਸਨ ਫਾਊਂਡੇਸ਼ਨ, ਬਿਲਕੁਲ ਯੂਨੀਵਰਸਿਟੀ ਸਾਹਮਣੇ ਕਬੀਰ ਪਾਰਕ ਉਹਦੇ ਸਾਹਮਣੇ। ਸੋ ਪਹਿਲਾਂ ਤਾਂ ਸਿਰਫ ਉਹ ਅਰਬਨ ਏਰੀਏ ਦੇ ਮਤਲਬ ਪੇਂਡੂ ਬੱਚਿਆਂ ਨੂੰ ਲੈਂਦੇ ਸੀ, ਲੇਕਿਨ ਅੱਜ ਕੱਲ੍ਹ ਉਹਦੇ ਕੋਰਸ ਜਿਹੜੇ ਉਹਨਾਂ ਨੇ ਪਿੰਡਾਂ ਵਾਲੇ ਬੱਚਿਆਂ ਦਾ ਵੀ ਦਾਖਲਾ ਸ਼ੁਰੂ ਕਰਤਾ, ਔਰ ਬੇਟਾ ਫਰੀ ਆਫ ਕੋਸਟ ਆ। ਸਭ ਤੋਂ ਪਹਿਲਾਂ ਵਧੀਆ ਕੋਰਸ ਜਿਹੜਾ ਉਹਨਾਂ ਦਾ ਜਿਹੜਾ ਨਰਸਿੰਗ ਕਰਵਾ ਦਿੰਦੇ ਆ, ਹੋਮ ਹੈਲਥ ਕੇਅਰ ਦਾ ਬਹੁਤ ਵਧੀਆ ਲੈਬ ਬਣੀ ਹੋਈ। ਤੁਹਾਡੇ ਕਿਤੇ ਮੌਕਾ ਮਿਲੇ ਤੁਹਾਨੂੰ ਜਾਣ ਦਾ ਤਾਂ ਵਿਜ਼ਿਟ ਕਰਿਓ। ਹੋਮ ਹੈਲਥ ਕੇਅਰ 6 ਮਹੀਨੇ ਦਾ ਕੋਰਸ ਆ, 1 ਮਹੀਨਾ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਗਵਾਉਂਦੇ ਆ ਪ੍ਰੈਕਟਿਸ ਲਈ, ਔਰ ਬੱਚਿਆਂ ਨੂੰ ਸਾਰਾ ਕੰਮ, BP ਚੈੱਕ ਕਰਨਾ, ਇੰਜੈਕਸ਼ਨ ਦੇਣਾ, ਸਭ ਕੁਛ, ਸ਼ੂਗਰ ਚੈੱਕ ਕਰਨੀ, ਹਰ ਕੁਛ ਚੀਜ਼ ਆ ਜਾਂਦੀ ਹੈ। ਪਰ ਇੱਕ ਨਰਸਿੰਗ ਲੈਵਲ ਦੇ ਬਰਾਬਰ ਉਹ ਕੋਰਸ ਹੋ ਜਾਂਦਾ ਹੈ। ਮੇਰੀ ਬੇਟੀ ਇਸ ਵੇਲੇ ਆਸਟ੍ਰੇਲੀਆ BSC ਨਰਸਿੰਗ ਕਰ ਰਹੀ ਹੈ, ਉਹਨੂੰ ਮੈਂ 6 ਮਹੀਨੇ ਦਾ ਉੱਥੋਂ ਕਰਾਇਆ ਸੀ, ਅਤੇ ਉਹਦਾ ਸਰਟੀਫਿਕੇਟ ਜਦੋਂ ਵੀਜ਼ਾ ਆਉਣਾ ਸੀ ਅਸੀਂ ਨਾਲ ਲਗਵਾਇਆ ਸੀ। ਜਿਹੜੇ ਬੱਚੇ 6 ਮਹੀਨੇ ਦਾ ਕੋਰਸ ਕਰ ਲੈਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ, ਵੱਡੇ ਵੱਡੇ ਜਿਹੜੇ ਹਸਪਤਾਲ ਅੰਮ੍ਰਿਤਸਰ ਸਕਾਟ ਵਰਗੇ, ਉਹਦੇ ਜੋਬ ਦਵਾਈ ਜਾਂਦੀ ਹੈ। ਦੂਸਰਾ ਕੋਰਸ ਫੂਡ ਐਂਡ ਬੀਵਰੇਜ, ਜਿਸ ਤਰ੍ਹਾਂ ਆਪਾਂ ਬਾਹਰ ਜਾ ਕੇ ਤੁਹਾਡੇ ਜੋ ਬੱਚੇ ਕਈ ਲੈਂਦੇ ਨਾ ਕੋਰਸ, ਹੋਸਪਿਟੈਲਿਟੀ ਆਮ ਤੌਰ 'ਤੇ ਲੈਂਦੇ ਆ, ਅਤੇ ਇਹ ਇਸ ਟਾਈਪ ਦਾ ਹੁੰਦਾ ਫੂਡ ਐਂਡ ਬੀਵਰੇਜ ਦਾ। ਤੋ ਇੱਕ ਲੜਕੀ ਇਹਨਾਂ ਦੀ ਗ੍ਰੈਜੂਏਟ ਹੋਣੀ, ਪਿੱਛੇ ਜੇ ਪਲੇਸਮੈਂਟ ਹੋਈ ਹੈ, 50,000 ਰੁਪਇਆ ਮਹੀਨਾ ਦੀ ਸੈਲਰੀ ਹੈ ਮਹੀਨੇ ਦੀ, ਔਰ ਤਾਜ ਹੋਟਲ ਜਿਹੜਾ ਤਾਜ ਸਵਰਨਾ ਹੋਟਲ ਅੰਮ੍ਰਿਤਸਰ, ਉੱਥੇ ਪਲੇਸਮੈਂਟ ਹੋਈ ਹੈ। ਅਤੇ ਹੋਟਲਾਂ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਵੀ ਹੁੰਦੀ ਹੈ, 2-2 ਮਹੀਨੇ ਪ੍ਰੈਕਟਿਸ ਵੀ ਚੱਲਦੀ, ਨਾਲ ਪੈਸੇ ਵੀ ਦੇ ਹੋਟਲਾਂ ਦੇ। ਸੋ ਫੂਡ ਐਂਡ ਬੀਵਰੇਜ ਹੋਸਪਿਟੈਲਿਟੀ ਨਾਲ ਰਿਲੇਟਡ ਕੋਰਸ ਆ, ਇਹ ਵੀ ਤੁਸੀਂ ਕਰ ਸਕਦੇ ਜੀ। ਉਸ ਤੋਂ ਇਲਾਵਾ ਬੇਟਾ ਲੜਕੀਆਂ ਦੀ ਸਿਲਾਈ ਕਢਾਈ ਵੀ ਹੈਗਾ, ਜੇ ਕੋਈ ਕਰਨਾ ਚਾਹੁੰਦੀਆਂ ਨੇ। ਮੁੰਡਿਆਂ ਲਈ ਜਿਹੜਾ ਕੰਪਿਊਟਰ ਕੋਰਸ ਹੈਗਾ, ਉਹ ਵੀ 6 ਮਹੀਨੇ ਦਾ ਡਾਟਾ ਇੰਟਰਪ੍ਰੀਟਰ ਦਾ, ਔਰ ਨਾਲ ਹਰੇਕ ਕੋਰਸ ਦੇ ਨਾਲ ਨਾਲ ਸਪੀਕਿੰਗ ਇੰਗਲਿਸ਼ ਉਹ ਫ੍ਰੀ ਕਰਾਉਂਦੇ ਆ ਹਰ ਕੋਰਸ ਦੇ ਨਾਲ। ਸੋ ਇਹ ਕੁਛ ਕੋਰਸ ਮੈਂ ਤੁਹਾਨੂੰ ਦੱਸੇ ਆ, ਬਾਕੀ ਤੁਸੀਂ ਵਿਜ਼ਿਟ ਕਰਕੇ ਉੱਥੇ ਪਤਾ ਕਰ ਸਕਦੇ ਜੇ। ਔਰ ਮੇਰਾ ਜਿਹੜਾ ਭਤੀਜਾ ਹੈ, ਉਹ ਇਸ ਵੇਲੇ ਕਨੇਡਾ ਚੱਲਿਆ, ਉਹਦਾ ਵੀਜ਼ਾ ਲੱਗਾ ਹੈ, ਉਹਨੇ ਫੂਡ ਐਂਡ ਬੀ ਉਹਨੇ ਹੋਸਪਿਟੈਲਿਟੀ ਨਾਲ ਰਿਲੇਟਡ ਉੱਥੇ ਦਾਖਲਾ ਲਿਆ ਹੈ ਬਾਹਰ।
ਔਰ ਉਹਨੇ ਜਿਹੜਾ ਫੂਡ ਐਂਡ ਬੀਵਰੇਜ ਦਾ ਜਿਹੜਾ 6 ਮਹੀਨੇ ਦਾ ਕੋਰਸ ਇੱਥੋਂ ਕੀਤਾ। ਇਸ ਕਰਕੇ ਤੁਹਾਨੂੰ ਕਹਿ ਰਿਹਾ ਵੀ ਸਾਰੇ ਬੱਚੇ ਤਾਂ ਚਲੋ ਬਾਹਰ ਨਹੀਂ ਜਾ ਸਕਦੇ, ਹੁਣ ਅਸੀਂ ਵੀ ਇੱਥੇ ਗੌਰਮੈਂਟ ਜੋਬ ਕਰ ਰਹੇ, ਤੁਸੀਂ ਵੀ ਸਰਕਾਰੀ ਨੌਕਰੀਆਂ ਕਰਨੀਆਂ, ਲੇਕਿਨ ਜੇਕਰ ਕਿਸੇ ਬੱਚੇ ਨੇ ਪਲੈਨ ਬਣਾਇਆ ਤਾਂ ਸਕਿੱਲ ਦੀ ਟ੍ਰੇਨਿੰਗ ਲੈ ਕੇ ਨਾਲ ਉਹਦੇ ਫੀਲਡ 'ਚ ਕੰਮ ਕਰਕੇ, ਜੇਕਰ ਉਹ ਆਪਣੇ ਵੀਜ਼ੇ ਦੇ ਨਾਲ ਲਾਉਂਦਾ ਵੀਜ਼ਾ ਫਾਈਲ ਦੇ, ਤਾਂ ਉਹਦੇ ਨਾਲ ਉਹਦੇ ਬਾਹਰ ਜਾਣ ਦੇ ਚਾਂਸਿਸ ਵੱਧ ਜਾਂਦੇ ਆ। ਵਿਹਲੇ ਨਹੀਂ ਰਹਿਣਾ, 10ਵੀਂ ਪਲੱਸ 2 ਦੇ ਇਮੀਡੀਏਟ ਦੀ ਬਾਅਦ ਕੋਰਸ ਕਰਦੇ ਆ। ਸੋ ਇਹ ਚੀਜ਼ ਦਾ ਬੇਟਾ ਸਿਰਫ ਮੈਂ ਦੱਸਣ ਦਾ ਮੇਨ ਮਕਸਦ ਸੀ। ਔਰ ਉਸ ਤੋਂ ਇਲਾਵਾ ਬੇਟਾ ਜਿਹੜੇ ਬੱਚੇ ਇੱਥੇ ਪੜ੍ਹਨਾ ਚਾਹੁੰਦੇ ਆ, ਜਿਹੜੇ 12ਵੀਂ ਤੋਂ ਬਾਅਦ, ਕਿਉਂਕਿ ਸਾਰੇ ਬੱਚੇ ਇਹੀ ਚਾਹੁੰਦੇ ਵੀ ਸਾਰੇ ਪੜ੍ਹਨ, ਹੁਣ ਇਹੋ ਜਿਹਾ ਕੋਈ ਵੇਲਾ ਨਹੀਂ ਹੈਗਾ ਵੀ ਪੜ੍ਹਾਈ ਜਿਹੜੀ ਬਹੁਤ ਮਹਿੰਗੀ ਆ, ਕਿਉਂਕਿ 12ਵੀਂ ਤੋਂ ਬਾਅਦ ਜਿਹੜੀ ਯੂਨੀਵਰਸਿਟੀ 'ਚ ਤੁਸੀਂ ਦਾਖਲਾ ਦੇਂਦੇ, ਗੁਰੂ ਨਾਨਕ ਯੂਨੀਵਰਸਿਟੀ ਤੁਹਾਡੇ ਰੋਡ 'ਤੇ ਹੀ ਆ, SC ਬੱਚਿਆਂ ਲਈ 100% ਫੀਸ ਵੇਵਰ ਹੈ, SC ਨੂੰ ਬਿਲਕੁਲ ਮਾਫ਼ ਆ, ਅਤੇ ਜਿਹੜੇ ਜਨਰਲ ਕੈਟਾਗਰੀ ਆ ਉਹ 'ਤੇ ਚਲੋ ਫੀਸ ਲੱਗਣੀ ਆ। ਲੇਕਿਨ ਜੇਕਰ ਜਿਹੜੇ ਇਕਨੋਮਿਕਲੀ ਪੂਅਰ ਹੈ ਬੱਚੇ, ਜੇਕਰ ਸਰਟੀਫਿਕੇਟ ਲਾਉਂਦੇ ਆ, ਤਾਂ ਉਹ 'ਤੇ ਕੁਛ ਪਰਸੈਂਟ ਫੀਸ ਜਿਹੜੀ ਵੇਵਰ ਹੁੰਦੀ ਆ। ਤੁਸੀਂ BTECH ਮਕੈਨੀਕਲ, BTECH ਕੰਪਿਊਟਰ ਸਾਇੰਸ, BTECH AIE ਜਿਹੜਾ ਅੱਜ ਕੱਲ੍ਹ ਲੇਟੈਸਟ ਚੱਲ ਰਿਹਾ, ECE ਕਰ ਸਕਦੇ, ਮੇਰਾ ਬੇਟਾ ਉਹ ਕਰ ਰਿਹਾ, ਇਸ ਵੇਲੇ ਉਹਨੇ ਦਾਖਲਾ ਲਿਆ ਇਸ ਸਾਲ। ਗੁਰੂ ਨਾਨਕ ਯੂਨੀਵਰਸਿਟੀ 'ਚ ਬਹੁਤ ਸਾਰੇ ਕੋਰਸਿਸ ਹੈਗੇ। ਜੇਕਰ ਕੋਈ ਬੱਚਾ ਟੈਕਨੀਕਲ ਲਾਈਨ 'ਚ ਜਾਣਾ ਚਾਹੁੰਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਆਂਢ ਹੀ ਗੌਰਮੈਂਟ ਪੋਲੀਟੈਕਨਿਕ ਆ, ਸਰਕਾਰੀ ਪੋਲੀਟੈਕਨਿਕ ਆ, ਉੱਥੇ ਤੁਸੀਂ 3 ਸਾਲ ਦਾ ਡਿਪਲੋਮਾ ਕਰ ਸਕਦੇ ਜੇ। ਔਰ ਸਾਡੇ ਟੀਚਿੰਗ ਲਾਈਨ ਦੇ ਵਿੱਚ ਵੀ ਕਾਫੀ ਟੀਚਰ ਹੈਗੇ ਜਿਹਨਾਂ ਡਿਪਲੋਮਾ ਕਰਕੇ ਐਂਟਰੀ ਹੋਈ ਹੈ, ਕਿਉਂਕਿ ਸਕੂਲਾਂ ਦੇ ਵਿੱਚ ਵੋਕੇਸ਼ਨ ਮਾਸਟਰ ਦੀਆਂ ਪੋਸਟਾਂ ਜਾਂ NSKUF ਦੀਆਂ, ਉਹ ਸਾਰਿਆਂ ਨੇ ਪੋਲੀਟੈਕਨਿਕ ਤੋਂ ਜਾਂ ਫਿਰ ਜਿਹੜੇ ਇੰਜੀਨੀਅਰਿੰਗ ਕਾਲਜ ਆ ਉੱਥੋਂ ਡਿਪਲੋਮੇ ਕੀਤੇ ਹੋਏ ਆ। ਸੋ ਤੁਸੀਂ ਗੌਰਮੈਂਟ ਪੋਲੀਟੈਕਨਿਕ ਵੀ ਦਾਖਲਾ ਲੈ ਸਕਦੇ ਜੇ, ਉਹਦੇ 'ਚ ਕੰਪਿਊਟਰ ਟ੍ਰੇਡ ਆ, ਕਾਫੀ ਸਾਰੀਆਂ ਟ੍ਰੇਡਸ ਹੈਗੀਆਂ, ਤਾਂ ਤੁਸੀਂ ਮਕੈਨੀਕਲ ਪਲੇਸਮੈਂਟ ਹੋ ਜਾਂਦੀ ਉੱਥੋਂ ਹੀ, ਵੱਡੀਆਂ ਵੱਡੀਆਂ ਜਿਹੜੀਆਂ ਫੈਕਟਰੀਆਂ ਕੱਪੜੇ ਦੀਆਂ, ਕੱਪੜੇ ਨਾਲ ਟੈਕਸਟਾਈਲ ਨਾਲ ਰਿਲੇਟਡ ਹੈ। ਸੋ ਪੋਲੀਟੈਕਨਿਕ ਦੇ ਵਿੱਚ ਪੋਲੀਟੈਕਨਿਕ ਦਾ ਮੈਨੂੰ ਨਹੀਂ ਪਤਾ, ਪਰ ਟੈਕਸਟਾਈਲ 'ਚ ਉਹਨਾਂ ਕੀਤਾ ਕਿ ਜਿਹੜਾ ਬੱਚਾ ਪਲੱਸ 2 'ਚ 90% ਨੰਬਰ ਲੈਂਦਾ ਉਹਦੀ 90% ਫੀਸ ਮਾਫ਼, ਜਿਹੜਾ 80% ਨੰਬਰ ਲੈਂਦਾ ਉਹਦੀ 80% ਫੀਸ ਮਾਫ਼, ਇਸ ਤਰ੍ਹਾਂ 70% ਫੀਸ ਮਾਫ਼। ਜਿਹੜੇ ਇਸ ਸਕੂਲ ਦੇ ਬੱਚੇ ਆ, ਜਿਸ ਤਰ੍ਹਾਂ 20 ਸਰਟੀਫਿਕੇਟ ਤੁਹਾਡੇ 'ਚ ਕੁਛ ਬੱਚੇ NCC ਦਾ ਕਰਨ ਦੇ ਹੋਣਗੇ, ਟੈਕਸਟਾਈਲ ਦੇ ਵਿੱਚ ਤਾਂ GNDU ਦੇ ਵਿੱਚ NCC ਵੀ ਹੈਗੀ ਹੈ, C ਸਰਟੀਫਿਕੇਟ ਤੁਸੀਂ ਉੱਥੋਂ ਕਰ ਸਕਦੇ। ਕੁਛ ਬੱਚੇ ਜਿਸ ਤਰ੍ਹਾਂ ਟਪਿਆਲੇ ਕਿਸੇ NCC ਹੁੰਦੀ ਸ਼ਾਇਦ ਅੱਜ ਕੱਲ੍ਹ ਨਹੀਂ ਹੈਗੀ। ਜੇਕਰ ਇਹ ਬੱਚੇ ਚਾਹੁੰਦੇ ਆ ਵੀ ਅਸੀਂ ਆਰਮੀ 'ਚ ਜਾਣਾ, ਇੱਕ ਬਹੁਤ ਵਧੀਆ ਐਂਟਰੀ ਹੈ C ਸਰਟੀਫਿਕੇਟ ਲਈ, ਉਹਦੇ 'ਚ ਇਕੱਲੀ SSBI ਇੰਟਰਵਿਊ ਇਕੱਲੇ ਹੁੰਦੇ। ਤੁਸੀਂ 12ਵੀਂ ਤੋਂ ਬਾਅਦ ਯੂਨੀਵਰਸਿਟੀ ਦਾਖਲਾ ਲਓ, ਖਾਲਸਾ ਕਾਲਜ ਦਾਖਲਾ ਲਓ, ਹਿੰਦੂ ਕਾਲਜ ਦਾਖਲਾ ਲਓ, PITT ਦਾਖਲਾ ਲਓ, ਇਹਨਾਂ ਸਾਰੇ 'ਚ NCC ਹੈਗੀ। ਉੱਥੇ ਤੁਸੀਂ 3 ਸਾਲਾਂ ਦੇ ਵਿੱਚ B ਅਤੇ C ਸਰਟੀਫਿਕੇਟ ਕਰ ਲੈਣਾ, 2 ਸਾਲ B ਸਰਟੀਫਿਕੇਟ ਲੱਗਣੇ ਆ, ਉਸ ਤੋਂ ਬਾਅਦ 1 ਸਾਲ ਬਾਅਦ C ਸਰਟੀਫਿਕੇਟ ਹੋ ਜਾਣਾ, 3 ਜਾਂ 4 ਸਾਲਾਂ 'ਚ ਤੁਹਾਡੀ ਡਿਗਰੀ ਹੋ ਜਾਣੀ। BTECH 4 ਸਾਲ ਦੀ ਆ, ਜੇ BSC ਵਗੈਰਾ ਕਰੋਗੇ 3 ਸਾਲ ਦੀ ਆ। ਉਸ ਤੋਂ ਬਾਅਦ ਤੁਸੀਂ ਆਰਮੀ ਦੇ ਵਿੱਚ, ਇੱਕ ਤੁਹਾਨੂੰ ਪਤਾ UPSC ਹੈਗਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਉਹ ਟੈਸਟ ਲੈਂਦੀ ਆ। ਉਹ ਜਿਹੜੇ 2 ਤਰ੍ਹਾਂ ਦੇ ਇਗਜ਼ਾਮ ਹੁੰਦੇ, ਇੱਕ ਪ੍ਰੀਲਿਮਿਨਰੀ ਹੁੰਦਾ, ਇੱਕ ਮੇਨ ਹੁੰਦਾ, ਜਿਹੜਾ ਮੁੱਢਲਾ ਇਗਜ਼ਾਮ ਆ ਅਤੇ ਮੇਨ ਇਗਜ਼ਾਮ ਆ, ਇਹ ਦੋਵੇਂ ਮਾਫ਼ ਹੈ NCC ਦੇ C ਸਰਟੀਫਿਕੇਟ ਲਈ। ਉਹ ਸਾਲ ਦੇ ਵਿੱਚ 2 ਵਾਰ ਭਰਤੀ ਹੁੰਦੀ ਆ UPSC ਵੱਲੋਂ, ਅਤੇ NCC ਸਪੈਸ਼ਲ ਐਂਟਰੀ ਸਕੀਮ ਦਾ ਨਾਂ ਹੈ। ਜੇ ਕੋਈ ਤੁਹਾਡੇ 'ਚੋਂ ਬੱਚਾ ਆਰਮੀ 'ਚ ਇੰਟਰਸਟਡ ਆ, ਅੱਗੇ ਤਾਂ ਸਿਰਫ ਮੁੰਡਿਆਂ ਲਈ ਸੀ, ਹੁਣ ਕੁੜੀਆਂ ਵੀ ਜਾ ਸਕਦੀਆਂ, ਤੁਸੀਂ
ਤੁਹਾਨੂੰ ਯੂ ਪੀ ਐੱਸ ਸੀ ਦਾ ਪੇਪਰ ਜਿਹੜਾ ਸੀ ਡੀ ਐੱਸ ਦੇ ਸੀ ਡੀ ਐੱਸ ਕੰਬਾਈਨ ਡਿਫੈਂਸ ਸਰਵਿਸ ਦਾ ਪੇਪਰ ਆ ਉਹ ਤੁਹਾਨੂੰ ਮਾਫ ਆ ਔਰ ਤੁਸੀਂ ਜਿਹੜਾ ਸੀ ਸਰਟੀਫਿਕੇਟ ਹੋਲਡਰ ਸਪੈਸ਼ਲ ਐੱਨ ਸੀ ਸੀ ਐਂਟਰੀ ਸਕੀਮ ਰਾਹੀਂ ਸਿੱਧੇ ਲੈਫਟੀਨੈਂਟ ਜਾ ਸਕਦੇ ਦੋ ਸਟਾਰ ਤੁਹਾਨੂੰ ਲੱਗਣਗੇ ਕਿਉਂਕਿ ਇਹ ਸਕੂਲ 'ਚ ਵਿੱਚ ਸਾਇੰਸ ਵੀ ਹੈਗੀ ਆ ਜਾਂ ਵੈਸੇ ਜਿਹਨੇ ਮੈਥ ਰੱਖਿਆ ਉਹ ਵੀ ਕਰ ਸਕਦਾ ਅਪਲਾਈ ਤੁਹਾਡੇ ਟਪਿਆਲੇ ਸਕੂਲ ਦੀਆਂ ਲੜਕੀਆਂ ਨੇ ਪਲੱਸ ਟੂ ਤੋਂ ਬਾਅਦ ਕੁੜੀਆਂ ਵੀ ਐੱਨ ਡੀ ਏ ਦਾ ਪੇਪਰ ਦੇ ਸਕਦੀਆਂ ਨੈਸ਼ਨਲ ਡਿਫੈਂਸ ਅਕੈਡਮੀ ਦੇਹਰਾਦੂਨ ਔਰ ਨਾਲ ਨਾਲ ਤੁਹਾਨੂੰ ਪੜ੍ਹਾਉਣਗੇ ਗ੍ਰੈਜੂਏਸ਼ਨ ਹੋਏਗੀ ਨਾਲ ਨਾਲ ਟ੍ਰੇਨਿੰਗ ਹੋਏਗੀ ਉੱਧਰੋਂ ਤੁਹਾਡੀ ਗ੍ਰੈਜੂਏਸ਼ਨ ਹੋ ਜਾਣੀ ਉੱਧਰੋਂ ਟ੍ਰੇਨਿੰਗ ਆਪਾਂ ਇੱਥੇ ਅੱਜ ਸਾਰੇ ਵੱਖੋ ਵੱਖਰੇ ਸਕੂਲਾਂ ਦੇ ਬੱਚੇ ਜਿਹੜੇ ਇੱਕੋ ਸਕੂਲ ਦੇ ਵਿੱਚ ਇਕੱਠੇ ਹੋਏ ਆ ਅਤੇ ਸਾਡਾ ਅੱਜ ਮੇਨ ਪਰਪਸ ਹੈਗਾ ਤੁਹਾਨੂੰ ਸਾਰਿਆਂ ਨੂੰ ਇੱਕ ਗਾਈਡੈਂਸ ਦੇਣਾ ਗਾਈਡੈਂਸ ਆਪਾਂ ਜਿਹੜੀ ਤੁਹਾਨੂੰ ਦੇਣੀ ਹੈ ਉਹ ਤੁਹਾਡੇ ਕਰੀਅਰ ਦੇ ਰਿਗਾਰਡਿੰਗ ਦੇਣੀ ਹੈ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਆਪਾਂ ਇਹਨਾਂ ਪ੍ਰੋਗਰਾਮ ਦਾ ਨਾਮ ਰੱਖਿਆ ਮਾਸ ਕਾਊਂਸਲਿੰਗ ਅਤੇ ਸਾਰੇ ਬੱਚਿਆਂ ਨੂੰ ਪਤਾ ਕਿ ਵੀ ਕਾਊਂਸਲਿੰਗ ਕੀ ਹੁੰਦੀ ਹੈ ਕਾਊਂਸਲਿੰਗ ਅੱਜ ਦੇ ਟਾਈਮ ਦੇ ਵਿੱਚ ਆਪਣੀ ਲਾਈਫ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਹੈ ਜਿਹੜੀ ਕਿ ਸਾਨੂੰ ਹੁਣ ਤੋਂ ਹੀ ਸਾਨੂੰ ਲੋੜ ਹੈਗੀ ਆ ਅਤੇ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਹੈਗਾ ਹੈ ਕਿ ਵੀ ਜੋ ਵੀ ਤੁਹਾਡੇ ਡਿਸੀਜਨ ਹੈਗੇ ਨੇ ਜੋ ਤੁਸੀਂ ਅੱਜ ਲੈ ਰਹੇ ਹੋ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕਰੀਅਰ 'ਤੇ ਕੀ ਇਫੈਕਟ ਕਰਨਗੇ ਹੁਣ ਜਿੰਨੇ ਵੀ ਇੱਥੇ ਬੱਚੇ ਬੈਠੇ ਨੇ ਸਾਰਿਆਂ ਨੇ ਸੋਚਿਆ ਕਿ ਵੀ ਆਪਾਂ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਹਾਂ ਯੈਸ ਔਰ ਨੋ ਕੋਈ ਐਸਾ ਬੱਚਾ ਜਿਹਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦਾ ਮੈਂ ਕੋਈ ਹੈ ਐਸਾ ਬੱਚਾ ਹਾਂ ਜਾਂ ਨਾ ਸਾਰਿਆਂ ਨੂੰ ਪਤਾ ਕਿ ਆਪਾਂ ਲਾਈਫ ਦੇ ਵਿੱਚ ਕੀ ਕਰਨਾ ਅਤੇ ਹੁਣ ਜੇਕਰ ਮੈਂ ਤੁਹਾਡੇ ਵਿੱਚੋਂ ਕੁਛ ਦੋ ਚਾਰ ਬੱਚਿਆਂ ਨੂੰ ਪੁੱਛ ਲਾਂਗਾ ਕਿ ਵੀ ਕੀ ਬਣਨਾ ਚਾਹੁੰਦੇ ਤੁਹਾਡੇ ਕੋਲ ਜਵਾਬ ਨਹੀਂ ਆਉਣੇ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ ਇੱਕ ਬੱਚੇ ਨੇ ਕਹਿਤਾ ਹਾਂ ਤਾਂ ਸਾਰੇ ਬੱਚੇ ਹਾਂ ਬੋਲ ਦਿੰਦੇ ਆ ਆਪਾਂ ਸਕੂਲ ਲਾਈਫ ਦੇ ਵਿੱਚ ਇਹ ਪ੍ਰੋਬਲਮ ਬੜੀ ਹੈਗੀ ਹੈ ਕਿ ਵੀ ਆਪਾਂ ਨੂੰ ਪਤਾ ਆਪਣੇ ਅੰਦਰ ਜਿਹੜੇ ਆਪਣੇ ਆਪਣੀਆਂ ਸਟਰੈਂਥ ਨੇ ਆਪਣੀਆਂ ਵੀਕਨੈਸ ਨੇ ਤੁਹਾਨੂੰ ਪਤਾ ਨਾ ਆਪਾਂ ਕੀ ਕਰਦੇ ਨੇ ਆਪਣੇ ਡਿਸੀਜਨ ਦੂਜਿਆਂ ਨੂੰ ਦੇਖ ਕੇ ਲੈਂਦੇ ਹਾਂ ਆਪਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਰਨਾ ਬਹੁਤ ਕੁਛ ਚਾਹੁੰਦੇ ਹੋ ਪਰ ਇੱਕ ਕੌਨਫੀਡੈਂਸ ਜਿਹੜਾ ਹੁੰਦਾ ਉਹ ਆਪਾਂ ਨੂੰ ਨਹੀਂ ਪਤਾ ਕਿ ਵੀ ਆਪਾਂ ਕੌਨਫੀਡੈਂਸ ਕਿੱਦਾਂ ਲੈ ਕੇ ਆਈਏ ਅਤੇ ਫਿਰ ਡਿਸੀਜਨ ਲਈਏ ਆਪਾਂ ਉਹਨਾਂ ਨੂੰ ਜਦੋਂ ਤੱਕ ਕੌਨਫੀਡੈਂਸ ਨਹੀਂ ਆਏਗਾ ਤੁਹਾਡੇ ਅੰਦਰ ਤੁਸੀਂ ਡਿਸੀਜਨ ਨਹੀਂ ਲੈ ਪਾਓਗੇ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਕਲੈਰਿਟੀ ਦੀ ਲਾਈਫ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਦੋ ਚੀਜ਼ਾਂ ਨੇ ਜੋ ਵੀ ਕੋਈ ਕੰਮ ਕਰਨਾ ਹਾਂ ਜਾਂ ਨਾ ਦੇ ਵਿੱਚ ਗੱਲ ਕਲੀਅਰ ਕਰਿਆ ਕਰੋ ਕਰਨਾ ਤਾਂ ਕਰੋ ਨਹੀਂ ਕਰਨਾ ਨਾ ਕਰੋ ਹੁਣ ਇੱਦਾਂ ਹੀ ਤੁਹਾਡਾ ਕਰੀਅਰ ਹੈ ਤੁਸੀਂ ਕਰੀਅਰ ਦੇ ਵਿੱਚ ਕੀ ਚੀਜ਼ ਬਣਨਾ ਕੀ ਚਾਹੁੰਦੇ ਹੋ ਡਾਕਟਰ ਬਣਨਾ ਚਾਹੁੰਦੇ ਹੋ ਇੰਜੀਨੀਅਰ ਬਣਨਾ ਚਾਹੁੰਦੇ ਹੋ ਜਾਂ ਕੋਈ ਵਧੀਆ ਸਰਕਾਰੀ ਨੌਕਰੀ 'ਤੇ ਜਾਣਾ ਚਾਹੁੰਦੇ ਹੋ ਸਰਕਾਰੀ ਨੌਕਰੀ ਕਿਹੜੀ ਕਰਨਾ ਚਾਹੁੰਦੇ ਹੋ ਜਾਂ ਸਰਕਾਰੀ ਨੌਕਰੀ ਨਹੀਂ ਕੋਈ ਕਰਨੀ ਤਾਂ ਪ੍ਰਾਈਵੇਟ ਨੌਕਰੀ ਕਿਹੜੀ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਨੌਕਰੀ ਮਲਟੀਪਲ ਨੌਕਰੀ ਆ ਜਾਂਦੀਆਂ ਨੇ ਫਿਰ ਆ ਜਾਂਦਾ ਆਪਣਾ ਸਵੈ ਰੁਜ਼ਗਾਰ ਦੇ ਵੀ ਤੁਸੀਂ ਬਿਜ਼ਨਸ ਕਿਹੜਾ ਕਰਨਾ ਚਾਹੁੰਦੇ ਹੋ ਅਤੇ ਇਹੀ ਚੀਜ਼ਾਂ ਕਰਕੇ ਕਿ ਵੀ ਮਲਟੀਪਲ ਕਰੀਅਰ ਆਪਸ਼ਨ ਨੇ ਪਰ ਆਪਾਂ ਕਰ ਤਾਂ ਕੋਈ ਇੱਕ ਸਕਦੇ ਹਾਂ ਅਤੇ ਹੁਣ ਮੈਂ ਇੱਕ ਦੋ ਬੱਚੇ ਨੂੰ ਚਲੋ ਪੁੱਛ ਕੇ ਦੇਖਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਅੱਛਾ ਉਹ ਸੈਕਿੰਡ ਲਾਸਟ ਬੈਂਚ ਦੇ ਜਿਹੜੇ ਬੋਆਇਜ਼ ਬੈਠੇ ਨੇ ਖੜ੍ਹੇ ਹੋਏ ਸੈਕਿੰਡ ਲਾਸਟ ਬੈਂਚ ਦੇ ਹਾਂਜੀ ਅਸੀਂ ਆਪਣੇ ਲਈ ਨਹੀਂ ਤੁਹਾਨੂੰ ਦੱਸ ਰਹੇ ਅਸੀਂ ਤੁਹਾਡੇ ਲਈ ਦੱਸਣ ਆਏ ਤੁਹਾਨੂੰ ਤੁਹਾਡੇ ਆਉਣ ਵਾਲਾ ਜਿਹੜਾ ਤੁਹਾਡਾ ਟਾਈਮ ਹੈਗਾ ਕਿ ਵੀ ਅੱਜ ਦਾ ਸਮਾਂ ਕਿੰਨਾ ਇੰਪੋਰਟੈਂਟ ਹੈਗਾ ਦਸਵੀਂ ਵਾਲੇ ਕਿੰਨੇ ਬੱਚੇ ਤੁਹਾਡੇ ਵਿੱਚੋਂ ਹੱਥ ਖੜਾ ਕਰਿਓ ਠੀਕ ਹੈ ਜੀ ਤਾਂ ਮੋਸਟਲੀ ਜਿੰਨੇ ਵੀ ਬੋਆਏ ਤੁਸੀਂ ਹੈਗੇ ਉਹ ਕਾਇੰਡਲੀ ਉਹ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ
ਕਿਉਂਕਿ ਦਸਵੀਂ ਤੋਂ ਬਾਅਦ ਤੁਸੀਂ ਕੋਈ ਵੀ ਸਟਰੀਮ ਜਿਹੜੀ ਚੂਜ਼ ਕਰੋਗੇ ਉਹ ਤੁਹਾਡਾ ਲਾਈਫ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੋਣਾ ਤੁਹਾਡੀ ਲਾਈਫ ਦਾ, ਕਿਉਂਕਿ ਇਹ ਜਿਹੜਾ ਡਿਸੀਜਨ ਹੈਗਾ ਜੇਕਰ ਤੁਸੀਂ ਇਹ ਡਿਸੀਜਨ ਸਹੀ ਨਾ ਲਿਆ ਤਾਂ ਫਿਰ ਤੁਸੀਂ 11ਵੀਂ 12ਵੀਂ ਦੇ ਵਿੱਚ ਅੱਗੇ ਜਾ ਕੇ ਤੁਹਾਡੇ 2 ਸਾਲ ਜਿਹੜੇ ਆ ਬਲੌਕ ਹੋ ਜਾਣੇ ਆ। ਫਿਰ ਉਸ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਦੀ ਡਿਗਰੀ ਕਰਨ ਜਾਓਗੇ, ਜੇਕਰ ਤੁਸੀਂ ਉੱਥੇ ਜਾ ਕੇ ਵੀ ਗਲਤ ਪੜ੍ਹਾਈ ਕਰ ਲਈ ਅੱਗੇ ਜਾ ਕੇ ਨੌਕਰੀ ਜਿਹੜੀ ਹੈ ਨਾ ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗਲੀ ਨਹੀਂ ਲੈ ਪਾਓਗੇ। ਦੇਖੋ ਸਭ ਤੋਂ ਇੰਪੋਰਟੈਂਟ ਜਿਹੜਾ ਆਪਣੀ ਲਾਈਫ ਦਾ ਵਿੱਚ ਹੁੰਦਾ ਪਾਠ ਉਹ ਦਸਵੀਂ ਤੋਂ ਬਾਅਦ ਆਪਾਂ ਕਿਹੜੀ ਸਟਰੀਮ ਸਿਲੈਕਸ਼ਨ 'ਤੇ ਜਾ ਰਹੇ ਹਾਂ, ਆਪਾਂ ਆਰਟਸ ਲੈ ਰਹੇ ਹਾਂ, ਕਮਰਸ ਲੈ ਰਹੇ ਹਾਂ, ਸਾਇੰਸ ਲੈ ਰਹੇ ਹਾਂ, ਜਾਂ ਆਪਾਂ ਆਈਟੀਆਈ 'ਚ ਜਾ ਰਹੇ ਹਾਂ, ਆਪਾਂ ਪੋਲੀਟੈਕਨੀਕਲ 'ਚ ਜਾ ਰਹੇ ਹਾਂ, ਕਿੱਥੇ ਜਾ ਰਹੇ ਆਪਾਂ, ਇਹ ਤੁਹਾਨੂੰ ਅੱਜ ਤੋਂ ਹੀ ਡਿਸਾਈਡ ਕਰਨਾ ਪੈਣਾ। ਬੱਚੋ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਜੇਕਰ ਤੁਹਾਡੇ ਵਿੱਚ ਕੋਈ ਬੱਚਾ ਡਾਕਟਰ ਬਣਨਾ ਚਾਹੁੰਦਾ ਅਤੇ ਉਹ ਸਾਇੰਸ ਦੀ ਪੜ੍ਹਾਈ ਕੀਤੀ ਹੋਈ ਨਹੀਂ, ਉਹਨੇ ਉਹਨੂੰ ਪਤਾ ਹੀ ਦਸਵੀਂ ਤੋਂ ਬਾਅਦ ਸਾਇੰਸ ਕਰਨੀ ਪੈਣੀ ਹੈ ਮੈਨੂੰ ਅਤੇ ਪਲੱਸ ਟੂ ਤੋਂ ਬਾਅਦ ਨੀਟ ਦਾ ਪੇਪਰ ਦੇਣਾ ਪੈਣਾ ਅਤੇ ਤੁਸੀਂ ਕਮਰਸ ਕਰਦੇ ਪਏ ਅਤੇ ਮੇਰੇ ਕੋਲ ਐਸੇ ਵੀ ਬੱਚੇ ਆਉਂਦੇ ਸਕੂਲ ਜਾ ਕੇ ਪੁੱਛ ਲਿਆ, ਬੱਚੇ ਕਮਰਸ ਦੀ ਪੜ੍ਹਾਈ ਕਰ ਰਹੇ ਆ ਅਤੇ ਬੱਚੇ ਕਹਿੰਦੇ ਅਸੀਂ ਡਾਕਟਰ ਬਣਨਾ ਚਾਹੁੰਦੇ ਹਾਂ, ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਵੀ ਦਸਵੀਂ ਵਾਲੇ ਬੱਚੇ ਧਿਆਨ ਨਾਲ ਗੱਲਾਂ ਸੁਣਨ, ਕਿਉਂਕਿ ਦਸਵੀਂ ਤੋਂ ਬਾਅਦ ਜੇਕਰ ਤੁਸੀਂ ਇੱਕ ਵੀ ਡਿਸੀਜਨ ਗਲਤ ਲੈ ਲਿਆ ਜ਼ਿੰਦਗੀ 'ਚ ਜੋ ਕੁਛ ਕਰਨਾ ਚਾਹੁੰਦੇ ਹੋ, ਫਿਰ ਤੁਸੀਂ 11ਵੀਂ ਛੱਡ ਕੇ ਦੁਬਾਰਾ ਦਸਵੀਂ ਤੋਂ ਫਿਰ ਦੁਬਾਰਾ ਐਡਮਿਸ਼ਨ ਨਹੀਂ ਲੈ ਸਕਦੇ ਜੇ ਤੁਹਾਨੂੰ ਬਾਅਦ 'ਚ ਰਿਲਾਈਜ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਅਤੇ ਟਾਈਮ ਸਭ ਤੋਂ ਵੱਡੀ ਇਨਵੈਸਟਮੈਂਟ ਹੈਗੀ ਹੈ ਤੁਹਾਡੀ, ਟਾਈਮ ਪੈਸੇ ਤੋਂ ਵੀ ਇੰਪੋਰਟੈਂਟ ਹੈਗਾ, ਕਿਉਂਕਿ ਮੇਰੇ ਕੋਲ ਆਫਿਸ ਜਿਹੜਾ ਮੇਰਾ ਹੈਗਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਜਿਹੜੇ ਵੀ ਬੱਚੇ ਕਾਪੀ ਪੈਨ ਲੈ ਕੇ ਨਾਮ ਨੋਟ ਕਰ ਲਓ, ਦਫ਼ਤਰ ਦਾ ਨਾਮ ਜਿਹੜਾ ਹੈਗਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਸਾਡਾ ਦਫ਼ਤਰ ਜਿਹੜਾ ਬੜਿਆ ਪਿਆ, ਅਤੇ ਸਾਡੇ ਆਫਿਸ ਦੇ ਜਿਹੜੇ ਹੈਗੇ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਰਜੀ ਮੈਡਮ ਨੇ, ਉਹ ਸਾਡੇ ਆਫਿਸ ਦੇ ਚੇਅਰਮੈਨ ਨੇ, ਅਤੇ ਜਿੰਨੀ ਵੀ ਐਕਟੀਵਿਟੀਆਂ ਹੁੰਦੀਆਂ ਨੇ ਸਾਰੀ ਸਾਡੀਆਂ ਰਿਵਿਊ ਡੀ ਸੀ ਮੈਮ ਕਰਦੇ ਨੇ, ਅਤੇ ਡੀ ਸੀ ਮੈਮ ਨੇ ਹੁਣੇ ਰੀਸੈਂਟਲੀ ਇੱਕ ਸੁਖਪਾਲ ਸਰ ਨੇ ਦੱਸਿਆ ਸੀਗਾ ਆਈ ਐਸਪਾਇਰ ਕਰਕੇ ਪ੍ਰੋਗਰਾਮ ਸਟਾਰਟ ਕੀਤਾ, ਜਿਹਦੇ ਵਿੱਚ ਬੱਚਿਓ ਤੁਸੀਂ ਕੁਛ ਵੀ ਬਣਨਾ ਚਾਹੁੰਦੇ ਹੋ, ਚਾਹੇ ਤੁਸੀਂ ਆਈ ਐੱਸ ਆਫਿਸਰ ਬਣਨਾ ਚਾਹੁੰਦੇ ਹੋ, ਡੀ ਸੀ ਬਣਨਾ ਚਾਹੁੰਦੇ ਹੋ, ਜਾਂ ਤੁਸੀਂ ਆਈ ਪੀ ਐੱਸ ਆਫਿਸਰ ਬਣਨਾ ਚਾਹੁੰਦੇ ਹੋ, ਸਰਕਾਰੀ ਨੌਕਰੀ ਵਿੱਚ ਜਿਹੜਾ ਮਰਜ਼ੀ ਤੁਸੀਂ ਕੋਈ ਵੀ ਆਫਿਸਰ ਬਣਨਾ ਚਾਹੁੰਦੇ ਹੋ, ਤੁਸੀਂ ਉਸ ਮੈਂਸ਼ਨ ਕਰੋ ਅਤੇ ਇਹ ਵੀ ਮੈਂਸ਼ਨ ਕਰੋ ਤੁਸੀਂ ਬਣਨਾ ਕਿਉਂ ਚਾਹੁੰਦੇ ਹੋ ਅਤੇ ਕਿਵੇਂ ਬਣੋਗੇ। ਅਤੇ ਡੀ ਸੀ ਮੈਮ ਨੇ ਸਾਰੇ ਬੱਚਿਆਂ ਦਾ ਡਾਟਾ ਲੈ ਕੇ ਅਤੇ ਡੀ ਸੀ ਮੈਮ, ਪਰ ਆਪਣੇ ਵਿੱਚ ਕਿਸੇ ਕੋਈ ਵੀ ਬੱਚਾ ਨਹੀਂ ਸੋਚ ਰਿਹਾ। ਦੇਖੋ ਹੁਣ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਆਪਣੇ ਲਈ, ਕਿ ਵੀ ਆਪਾਂ ਇਹ ਵੀ ਨਹੀਂ ਸੋਚ ਰਹੇ। ਸਰਕਾਰੀ ਨੌਕਰੀ ਕਿਹੜੇ ਬੱਚੇ ਕਰਨਾ ਚਾਹੁੰਦੇ ਹੱਥ ਖੜਾ ਕਰੋ, ਅਤੇ ਬਾਕੀ ਪ੍ਰਾਈਵੇਟ ਨੌਕਰੀ ਕਿਹੜੇ ਬੱਚੇ ਕਰਨਾ ਚਾਹੁੰਦੇ ਆ। ਚਲੋ ਸਾਰੀਆਂ ਗੱਲਾਂ ਛੱਡਦੇ ਹਾਂ, ਆਪਾਂ ਨਵੀਂ ਚੀਜ਼ ਸਟਾਰਟ ਕਰਦੇ ਹਾਂ। ਅੱਜ ਕਾਪੀ ਪੈਨ ਲਿਖਤਾ ਵੀ ਨਾ ਤੁਸੀਂ, ਕਾਪੀ 'ਤੇ ਲਿਖੋ ਅੱਜ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ, ਆਪਣੇ ਲਾਈਫ ਦੇ 5 ਟੀਚੇ ਜਿਹੜੇ ਆ ਡਿਸਾਈਡ ਕਰ ਲਓ ਕਿ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹੋ, ਕਿ ਨੌਕਰੀ ਕਰਨੀ ਹੈ ਤਾਂ ਕਿਹੜੀ ਕਰਨੀ ਹੈ, ਸਰਕਾਰੀ ਨੌਕਰੀ ਕਿਹੜੀ ਕਰਨੀ ਹੈ। ਸਰਕਾਰੀ ਨੌਕਰੀਆਂ ਦੇ ਵਿੱਚ ਵੀ ਜੇਕਰ ਆਪਾਂ ਜਾਂਦੇ ਹਾਂ ਤਾਂ 4 ਗਰੁੱਪ ਆ ਜਾਂਦੇ ਆ, ਗਰੁੱਪ 1, ਗਰੁੱਪ 2, ਗਰੁੱਪ 3, ਗਰੁੱਪ 2। ਗਰੁੱਪ 2 ਦੇ ਵਿੱਚ ਕੀ ਹੁੰਦਾ, ਜਿਹੜੇ ਸਵੀਪਰ ਹੁੰਦੇ, ਚਪੜਾਸੀ, ਪੀਅਰ ਹੁੰਦੇ ਆ, ਇਹ ਆ ਜਾਂਦੇ ਨੇ। ਗਰੁੱਪ 3 ਦੇ ਵਿੱਚ ਕਲੈਰੀਕਲ ਕੈਡਰ ਦੇ ਆ ਜਾਂਦੇ ਨੇ, ਜਿਹੜੇ ਕਿ ਕੰਮ ਕਰਦੇ ਨੇ ਕੰਪਿਊਟਰ 'ਤੇ, ਟਾਈਪਿੰਗ ਵਗੈਰਾ ਕਰਦੇ ਨੇ। ਅਤੇ ਗਰੁੱਪ 1, ਗਰੁੱਪ 2 ਦੇ ਵਿੱਚ ਆਫਿਸਰ ਰੈਂਕ ਦੇ ਬੰਦੇ ਆ ਜਾਂਦੇ ਨੇ। ਤਾਂ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਸਰਕਾਰੀ ਨੌਕਰੀ ਦੀ ਜਿਵੇਂ ਗੱਲ ਕਰਦੇ ਆ, ਠੀਕ ਹੈ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਹੁਣ ਆਪਣੇ ਆਪ ਨੂੰ ਕਿੱਥੇ ਲਿਖਣਾ ਚਾਹੁੰਦੇ ਹੋ, ਕਿ ਤੁਸੀਂ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਲਿਖਣਾ ਚਾਹੁੰਦੇ ਹੋ, ਕਿ ਤੁਸੀਂ ਆਪਣੇ ਆਪ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਲਿਖਣਾ ਚਾਹੁੰਦੇ ਹੋ, SDM ਬਣਦਾ ਲਿਖਣਾ ਚਾਹੁੰਦੇ ਹੋ, ਕਿ ਤੁਸੀਂ ਆਪਣੇ ਆਪ ਨੂੰ ਤਹਿਸੀਲਦਾਰ ਬਣਦਾ ਲਿਖਣਾ ਚਾਹੁੰਦੇ ਹੋ, ਕਿ ਤੁਸੀਂ ਆਪਣੇ ਆਪ ਨੂੰ ਕਲਰਕ। ਹੁਣ ਡਿਪੈਂਡ ਕਰਦਾ ਤੁਸੀਂ ਆਪਣੇ ਆਪ ਨੂੰ ਕਿੰਨੀ ਤਵੱਜੋ ਦੇ ਰਹੇ ਹੋ, ਜੇਕਰ ਤੁਹਾਨੂੰ ਲੱਗਦਾ ਤੁਸੀਂ ਇੰਨੇ ਕਾਬਿਲ ਹੈਗੇ ਹੋ ਤਾਂ ਡੈਫੀਨੇਟਲੀ ਤੁਸੀਂ ਆਪਣੀ ਜਿਹੜੀ ਲਿਸਟ ਬਣਾਓਗੇ ਕਰੀਅਰ ਦੀ, ਗੋਲ ਦੀ, ਤੁਸੀਂ ਡੈਫੀਨੇਟਲੀ ਉਹ
ਡਿਸਾਈਡ ਕਰੋਗੇ ਤੁਸੀਂ ਜ਼ਿੰਦਗੀ ਦੇ ਕਰਨਾ ਕੀ ਚਾਹੁੰਦੇ ਹੋ। ਠੀਕ ਹੈ, ਜੇਕਰ ਤੁਹਾਨੂੰ ਲੱਗਦਾ ਤੁਸੀਂ ਕਲਰਕ ਤੱਕ ਖੁਸ਼ ਹੋ ਤਾਂ ਕਲਰਕ ਬਣ ਜਾਓ, ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਚਪੜਾਸੀ ਦੀ ਨੌਕਰੀ ਕਰਕੇ ਖੁਸ਼ ਹੋ ਤਾਂ ਉਹ ਬਣ ਜਾਓ। ਇਹ ਡਿਪੈਂਡ ਕਰਦਾ ਕਿ ਤੁਸੀਂ ਅੱਜ ਤੋਂ ਸੋਚ ਕੇ ਰਹੇ ਹੋ ਆਪਣੇ ਆਉਣ ਵਾਲੇ 10-15 ਸਾਲਾਂ ਦੇ ਲਈ। ਠੀਕ ਹੈ, ਇਸ ਤੋਂ ਬਾਅਦ ਮੈਂ ਗੱਲ ਕਰਦਾ ਪ੍ਰਾਈਵੇਟ ਨੌਕਰੀਆਂ ਦੀ। ਪ੍ਰਾਈਵੇਟ ਨੌਕਰੀਆਂ ਬਹੁਤ ਸਾਰੀਆਂ ਨੇ, ਪਰ ਪ੍ਰਾਈਵੇਟ ਨੌਕਰੀ ਉਹ ਬੰਦਾ ਕਰਦਾ ਜਿਹਨੂੰ ਲੱਗਦਾ ਕਿ ਵੀ ਮੈਂ ਸਰਕਾਰੀ ਨੌਕਰੀ ਦਾ ਕੋਈ ਪੇਪਰ ਕਲੀਅਰ ਨਹੀਂ ਕਰ ਸਕਦਾ। ਠੀਕ ਹੈ, ਜਾਂ ਜਿਹਨੂੰ ਲੱਗਦਾ ਕਿ ਵੀ ਸਰਕਾਰੀ ਨੌਕਰੀ ਦੇ ਵਿੱਚ ਇੰਨੀ ਲਿਮਿਟਡ ਇੱਕ ਤਨਖਾਹ ਫਿਕਸ ਮਿਲਦੀ ਹੈ, ਇਹਦੇ ਵਿੱਚ ਮੇਰਾ ਵੱਸ ਨਹੀਂ ਚੱਲਦਾ। ਜੇਕਰ ਤੁਹਾਨੂੰ ਲੱਗਦਾ ਤੁਹਾਡੇ ਅੰਦਰ ਐਸੀ ਕੋਈ ਯੂਨੀਕ ਸਕਿੱਲ ਹੈਗੀ ਹੈ ਜੋ ਕਿ ਤੁਹਾਨੂੰ ਹੋਰਾਂ ਤੋਂ ਅਲੱਗ ਬਣਾ ਰਹੀ ਹੈ, ਤਾਂ ਤੁਸੀਂ ਉਹ ਕੰਮ ਕਰ ਸਕਦੇ ਹੋ। ਜਿੱਦਾਂ ਕਿ ਆਪਣੇ ਗੂਗਲ ਦੇ CEO ਨੇ ਸੁੰਦਰ ਪਿਚਾਈ ਜੀ, ਉਹਨਾਂ ਦੀ ਤਨਖਾਹ ਕਿੰਨੀ ਹੋਣੀ, ਇੰਨੀ ਸਰਕਾਰੀ ਬੰਦੇ ਦੀ ਵੀ ਨਹੀਂ ਹੋਣੀ ਜਿਹਨੀ ਉਹਨਾਂ ਦੀ ਸੈਲਰੀ ਹੋਣੀ। ਤਾਂ ਡਿਪੈਂਡ ਕਰਦਾ ਕਿ ਵੀ ਤੁਹਾਡੇ ਪਰ ਸਕਿੱਲ, ਤੁਹਾਡੇ ਅੰਦਰ ਸਕਿੱਲ ਕਿਹੜੀ ਹੈਗੀ ਨੇ, ਅਤੇ ਤੁਹਾਡੇ ਅੰਦਰ ਜਿਹੜੀ ਕਾਬਲੀਅਤ ਹੈਗੀ ਹੈ। ਡੈਫੀਨੇਟਲੀ ਮੈਂ ਤੁਹਾਨੂੰ ਕਹਿ ਰਿਹਾ ਉਹ ਜਿੰਨੇ ਵੀ ਬੱਚੇ ਬੈਠੇ ਹੈ, ਜੇਕਰ ਆਹ ਲੜਕੀ ਦੀ ਗੱਲ ਕਰਾਂ ਮੈਂ, ਬਾਕੀ ਕਿਸੇ ਬੱਚੇ ਦੇ ਅੰਦਰ ਉਹ ਕਾਬਲੀਅਤ ਨਹੀਂ ਹੋਏਗੀ, ਤਾਂ ਉਹ ਇਹ ਲੜਕੀ ਦੇ ਅੰਦਰ ਹੋਏਗੀ। ਕਿਉਂਕਿ ਕੀ ਹੁੰਦਾ, ਆਪਾਂ ਆਪਣੇ ਆਪਣੇ ਹੁਨਰ ਨੂੰ ਅੱਜ ਦੇ ਸਮੇਂ ਦੇ ਵਿੱਚ ਪਛਾਣ ਨਹੀਂ, ਪਹਿਚਾਣਦੇ ਨਹੀਂ ਪਏ ਕਿ ਤੁਹਾਡੇ ਅੰਦਰ ਹੁਨਰ ਕਿਹੜਾ ਪਿਆ। ਤੁਹਾਡੇ ਅੰਦਰ ਹੁਨਰ ਬਹੁਤ ਹੈ। ਹਰ ਇੱਕ ਗਰੁੱਪ ਦਾ ਬੱਚਾ ਹੁੰਦਾ, 16 ਸਾਲ ਦਾ ਬੱਚਾ ਜੇ ਪੜ੍ਹ ਰਿਹਾ, ਕੁਛ ਐਸੇ ਵੀ ਬੱਚੇ ਹੁੰਦੇ ਨੇ ਜਿਹੜੇ 10ਵੀਂ ਤੋਂ ਬਾਅਦ ਘਰ ਦੇ ਹਾਲਾਤਾਂ ਕਰਕੇ ਪੜ੍ਹਾਈ ਛੱਡ ਕੇ ਵਾਪਸ ਚਲੇ ਜਾਂਦੇ ਨੇ, ਅਸੀਂ ਨਹੀਂ ਪੜ੍ਹ ਸਕਦੇ। ਫਿਰ ਉਹ ਬੱਚਾ ਕੀ ਕਰਦਾ, ਕੋਈ ਬੱਚਾ ਲੇਬਰ ਕਰ ਰਿਹਾ ਹੁੰਦਾ, ਕੋਈ ਬੱਚਾ ਦੁਕਾਨ 'ਤੇ ਲੱਗ ਕੇ 5-6 ਹਜ਼ਾਰ ਦੀ ਨੌਕਰੀ ਕਰ ਰਿਹਾ ਹੁੰਦਾ। ਹਾਲਾਂਕਿ ਉਹ ਬੱਚਿਆਂ ਦੇ ਅੰਦਰ ਬਹੁਤ ਸਕਿੱਲ ਹੁੰਦੀ ਹੈ, ਕਲਾ ਬਹੁਤ ਹੁੰਦੀ ਹੈ, ਪਰ ਘਰ ਦੀ ਮਜਬੂਰੀਆਂ ਕਰਕੇ ਬੱਚੇ ਅੱਗੇ ਪੜ੍ਹ ਨਹੀਂ ਪਾਉਂਦੇ। ਠੀਕ ਹੈ, ਅਤੇ ਹੁਣ ਮੇਰੇ ਕੋਲ ਪਿਛਲੇ ਮਹੀਨੇ ਇੱਕ ਬੱਚਾ ਆਇਆ, ਕੁਛ ਮਹੀਨੇ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ, ਅਤੇ ਮੁੰਡਾ ਬਹੁਤ ਵਧੀਆ ਸੀਗਾ, ਸਿੰਗਿੰਗ ਬਹੁਤ ਵਧੀਆ ਕਰਦਾ ਸੀਗਾ ਮੁੰਡਾ ਉਹ, ਅਤੇ ਮੁੰਡਾ ਮੇਰੇ ਕੋਲ ਆਇਆ, ਕਹਿੰਦਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਅਤੇ ਪੜ੍ਹਨਾ ਵੀ ਚਾਹੁੰਦਾ ਉਹ, ਅਤੇ ਕਹਿੰਦਾ ਮੈਂ ਕੰਮ ਘਰ ਦਾ ਗੁਜ਼ਾਰਾ ਵੀ ਚਲਾਉਣਾ ਚਾਹੁੰਦਾ। 5 ਵਜੇ ਤੋਂ ਬਾਅਦ ਉਹ ਬਰਗਰ ਦੀ ਰੇਹੜੀ ਲਾਉਂਦਾ ਆਪਣੀ ਅਲਫਾ 1 ਦੇ ਸਾਹਮਣੇ, ਪਰ ਕਹਿੰਦਾ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਮਾਰਕੀਟ ਦੇ ਵਿੱਚ ਇਹਨੂੰ ਵਧੀਆ ਕੰਮ ਨਹੀਂ ਗਿਣਿਆ ਜਾਂਦਾ, ਕਹਿੰਦਾ ਮੈਂ ਨੌਕਰੀ ਕਰਨਾ। ਹਾਲਾਂਕਿ ਉਹ ਬਰਗਰ ਦੇ ਕੰਮ ਦੇ ਵਿੱਚ ਡੇਲੀ ਦਾ 700-800 ਰੁਪਈਆ, ਮੈਕਸੀਮਮ 1000 ਰੁਪਈਆ ਵੀ ਕਮਾ ਲੈਂਦਾ ਸੀਗਾ, ਯਾਨੀ ਕਿ ਮਹੀਨੇ ਦੀ ਗੱਲ ਕਰੀਏ ਜੇ ਰੋਜ਼ ਕੰਮ ਕਰਦਾ 30-35 ਹਜ਼ਾਰ ਰੁਪਈਆ, ਸਿਰਫ 5 ਵਜੇ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ, 5 ਵਜੇ ਆਉਂਦਾ ਸੀਗਾ, 10-11 ਵਜੇ ਪਹਿਲਾਂ ਉਹ ਘਰੇ ਚਲੇ ਜਾਂਦਾ ਸੀਗਾ, 30-35 ਹਜ਼ਾਰ ਰੁਪਏ ਕਮਾਉਂਦਾ। ਫਿਰ ਮੈਂ ਕਿਹਾ ਚੱਲ ਤੈਨੂੰ ਮੈਂ ਨੌਕਰੀ ਲਵਾ ਦਿੰਦਾ। ਉਹਦੀ 12ਵੀਂ ਸੀਗੀ, BA 1 ਦੇ ਫਸਟ ਈਅਰ 'ਚ ਉਹਨੇ ਐਡਮਿਸ਼ਨ ਲਿੱਤੀ ਹੋਈ ਸੀਗੀ ਬੱਚੇ ਨੇ, ਪਰ BA ਫਸਟ ਈਅਰ ਦੇ ਵਿੱਚ ਉਸ ਡਿਊਰਿੰਗ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ, ਉਹਨੇ ਪੜ੍ਹਾਈ ਛੱਡ ਦਿੱਤੀ, ਪੜ੍ਹਨਾ ਵੀ ਚਾਹੁੰਦਾ ਸੀਗਾ ਅੱਗੇ। ਅਤੇ ਫਿਰ ਮੈਨੂੰ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਕਿ ਮੈਂ ਆਪ ਬਰਗਰ ਦਾ ਕੰਮ ਕਰਾਂ, ਰੇਹੜੀ ਵਾਲਾ। 30-35 ਹਜ਼ਾਰ ਰੁਪਏ ਕਮਾ ਰਿਹਾ ਸੀਗਾ, ਉਹਦੇ ਕੋਲ ਕਲਾ ਵੀ ਸੀਗੀ, ਵਧੀਆ ਕੁਕਿੰਗ ਵੀ ਕਰਦਾ ਸੀਗਾ ਉਹ, ਅਤੇ ਉਹਦੇ ਘਰ ਦੇ ਨਹੀਂ ਮੰਨਦੇ, ਤਾਂ ਉਹਨੂੰ ਮੈਂ ਨੌਕਰੀ ਲਵਾਇਆ। ਨੌਕਰੀ ਕਿੰਨੇ ਦੀ ਮਿਲੀ ਉਹਨੂੰ? 8-9 ਹਜ਼ਾਰ ਰੁਪਏ ਦੀ, 8-9 ਹਜ਼ਾਰ ਰੁਪਏ ਦੀ ਨੌਕਰੀ ਮਿਲੀ। ਅੰਦਰੋਂ ਵਿਚਾਰਾ ਦੁਖੀ ਜਿਹੀ ਹੋ ਕੇ ਨੌਕਰੀ ਦਾ ਕਰਨ ਲੱਗ ਗਿਆ, ਪਰ ਉਹ ਅੰਦਰੋਂ ਖੁਸ਼ ਨਹੀਂ ਸੀ। ਮੈਂ ਤੁਹਾਨੂੰ ਦੱਸ ਰਿਹਾ ਕਿ ਜੇਕਰ ਤੁਹਾਡੇ ਅੰਦਰ ਸਕਿੱਲ ਹੈਗੀ ਹੈ ਤਾਂ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਜੇਕਰ ਆਪਾਂ ਗੱਲ ਕਰੀਏ, ਆਪਾਂ ਜੇਕਰ ਗੱਲ ਕਰੀਏ ਸ਼ਹਿਰ ਜਾਈਏ, ਆਪਾਂ ਟਿੱਕੀ ਗੋਲ ਗੱਪੇ ਖਾਣ ਜਾਂਦੇ, ਤਾਂ ਕਿੰਨੇ ਕੁ ਬੰਦੇ ਪੰਜਾਬੀ ਕੰਮ ਕਰਦੇ ਉੱਥੇ? ਪੰਜਾਬੀ ਕੰਮ ਕਰਦੇ ਹੀ ਨਹੀਂ ਹੈਗਾ, ਹੱਥੀ ਕੰਮ ਹੈਗਾ ਆਪਣਾ। ਤੁਹਾਡੇ ਅੰਦਰ ਸਕਿੱਲ ਹੈਗੀ ਹੈ, ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਹੋ। ਉਹ ਮੁੰਡਾ 5 ਵਜੇ ਤੋਂ ਬਾਅਦ ਕੰਮ ਕਰਦਾ ਸੀਗਾ ਅਤੇ 30-35 ਹਜ਼ਾਰ ਰੁਪਏ ਕਮਾ ਰਿਹਾ ਮੁੰਡਾ। ਅਤੇ ਮੁੰਡੇ ਦੀ ਉਮਰ ਕਿੰਨੀ ਸੀਗੀ? 19 ਸਾਲ ਦਾ ਮੁੰਡਾ ਸੀਗਾ ਬਸ, ਦੇਖੋ। ਅਤੇ ਐਸੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਮੇਰੇ ਕੋਲ ਹੈਗੀਆਂ ਨੇ। ਜਦੋਂ ਮੇਰੀ ਪਹਿਲੀ ਪੋਸਟਿੰਗ ਗੁਰਦਾਸਪੁਰ ਸੀਗੀ ਤਾਂ ਮੈਂ ਜੋਮੈਟੋ ਦੇ ਵਿੱਚ ਔਡਰ ਕੀਤਾ, ਅਤੇ ਮੁੰਡਾ ਇੱਕ ਜਿਹੜਾ ਮੇਰੇ ਕੋਲ ਔਡਰ ਲੈ ਕੇ ਆਇਆ ਤਾਂ ਉਹ ਐਮ ਟੈਕ ਕੀਤੀ ਪਈ ਉਹਨੇ, ਅਤੇ ਜੋਮੈਟੋ ਦੇ ਵਿੱਚ ਡਿਲੀਵਰੀ ਬੋਆਏ ਦਾ ਕੰਮ ਕਰਦਾ ਸੀਗਾ। ਕਿਉਂ?
ਮੈਂ ਕਿਹਾ ਤੂੰ ਲੱਖਾਂ ਰੁਪਏ ਲਾ ਕੇ ਪੜ੍ਹਾਈ ਕੀਤੀ, ਤੂੰ ਆਹ ਕੰਮ ਕਿਉਂ ਕਰਦਾ ਮੈਂ? ਕਹਿੰਦਾ ਮੈਂ ਐਮਟੈਕ ਦਾ ਲੱਖਾਂ ਰੁਪਏ ਲਾ ਕੇ ਕਰ ਲਈ, ਪਰ ਕਹਿੰਦਾ ਨੌਕਰੀ ਮੈਨੂੰ 8-10 ਹਜ਼ਾਰ ਰੁਪਏ 'ਚ ਮਿਲੀ। ਉੱਥੇ ਪ੍ਰੋਬਲਮ ਕੀ ਆਈ ਬੱਚਿਆਂ ਦੇ ਵਿੱਚ? ਇਹ ਵੀ ਬੱਚਿਆਂ ਦੇ ਅੰਦਰ ਪ੍ਰੋਬਲਮ ਕਿ ਪੜ੍ਹਾਈ ਤਾਂ ਆਪਾਂ ਕਰ ਲਈ ਪਰ ਸਾਨੂੰ ਨੌਕਰੀ ਘਰ ਦੇ ਕੋਲ ਮਿਲੀ। ਹੁਣ ਜੇਕਰ ਮੈਂ ਗੱਲ ਕਰਾਂ, ਮੈਂ ਮੇਰੀ ਸਾਰੀ ਪੜ੍ਹਾਈ ਚੰਡੀਗੜ੍ਹ ਤੋਂ ਹੋਈ ਹੈ, ਪੰਜਾਬ ਯੂਨੀਵਰਸਿਟੀ ਤੋਂ, ਅਤੇ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ। ਤਕਰੀਬਨ 200 ਕਿਲੋਮੀਟਰ ਮੈਂ ਇੱਥੇ ਲਗਭਗ 3.5 ਸਾਲਾਂ ਤੋਂ ਮੈਂ ਅੰਮ੍ਰਿਤਸਰ ਦੇ ਵਿੱਚ ਕੰਮ ਕਰ ਰਿਹਾ, ਪਰ ਮੈਨੂੰ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਮੈਂ ਇੰਨੀ ਦੂਰੋਂ ਕੰਮ ਕਰਿਆ ਮੈਨੂੰ ਘਰ ਦੇ ਲਾਗੇ ਮਿਲੇ। ਮੇਰੀ ਪੜ੍ਹਾਈ ਸਾਰੀ ਬਾਹਰ ਹੋਈ ਹੈ, ਮੇਰੀ ਸਾਰੀ ਨੌਕਰੀ ਬਾਹਰ ਹੋਈ ਹੈ ਅੱਜ ਤੱਕ, ਪਰ ਮੈਨੂੰ ਕੋਈ ਇੱਦਾਂ ਦਾ ਨਹੀਂ ਹੈਗਾ। ਅਤੇ ਪਰ ਜਿਹੜੇ ਸਾਡੇ ਕੋਲ ਪ੍ਰਾਈਵੇਟ ਨੌਕਰੀ ਕਰਨ ਵੀ ਆਉਂਦੇ ਬੱਚੇ, ਛੈਟੇ ਵਾਲਾ ਬੱਚਾ ਕਹਿੰਦਾ ਮੈਨੂੰ ਛੈਟੇ ਨੌਕਰੀ ਚਾਹੀਦੀ, ਮੈਂ ਸਟੇਸ਼ਨ ਤੱਕ ਨਹੀਂ ਆ ਸਕਦਾ। ਮੈਂ ਆਪਣਾ ਜਿਹੜਾ ਐਟੀਟਿਊਡ ਹੈਗਾ, ਜੋ ਵੀ ਤੁਸੀਂ ਪੜ੍ਹਾਈ ਸਿਲੈਕਟ ਕਰੋਗੇ ਜਾਂ ਜੋ ਵੀ ਤੁਸੀਂ ਕਰੀਅਰ ਦੇ ਵਿੱਚ ਬਣਨਾ ਚਾਹੁੰਦੇ ਹੋ, ਇੱਕ ਚੀਜ਼ ਦੇਖੋ ਕਿ ਵੀ ਜੇਕਰ ਤੁਸੀਂ ਅੰਮ੍ਰਿਤਸਰ 'ਚ ਨੌਕਰੀ ਕਰ ਰਹੇ ਤਾਂ ਅੰਮ੍ਰਿਤਸਰ ਦੇ ਵਿੱਚ ਕੋਈ ਖਾਸ ਇੰਡਸਟਰੀਆਂ ਨਹੀਂ ਹੈਗੀ, ਖੰਨਾ ਪੇਪਰ ਮਿਲ ਹੈਗੀ ਆ ਜਾਂ 2-3 ਹੋਰ ਇੰਡਸਟਰੀ ਹੋਣੀ ਹੈ ਛੋਟੀਆਂ ਮੋਟੀਆਂ, ਠੀਕ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਫੂਡ ਇੰਡਸਟਰੀ ਅਤੇ ਹੋਟਲ ਇੰਡਸਟਰੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਰੀਅਰ ਬਣਾਉਣਾ ਤਾਂ ਆਪਣੀ ਪੜ੍ਹਾਈ ਜੋ ਵੀ ਹੋਏਗੀ ਉਸ ਹਿਸਾਬ ਨਾਲ ਤੁਸੀਂ ਕਰੀਅਰ ਓਪਟ ਕਰਿਓ। ਜੇਕਰ ਆਪਾਂ ਗੁਆਂਢੀ ਜ਼ਿਲ੍ਹਿਆਂ ਦੀ ਗੱਲ ਕਰੀਏ, ਤਰਨ ਤਾਰਨ ਦੇ ਵਿੱਚ ਕੋਈ ਖਾਸ ਇੰਡਸਟਰੀਆਂ ਨਹੀਂ ਹੈਗੀ, ਗੁਰਦਾਸਪੁਰ ਦੇ ਵਿੱਚ ਨਹੀਂ ਹੈਗੀ, ਬਟਾਲੇ ਦੇ ਵਿੱਚ ਕੁਛ ਹੈਗੀਆਂ ਨੇ। ਤਰਨ ਤਾਰਨ ਦੀ ਡਿਵੈਲਪਮੈਂਟ ਦੇਖ ਲਓ ਅਤੇ ਉੱਥੇ ਦੇਖ ਲਓ। ਜੇਕਰ ਆਪਾਂ ਅੰਮ੍ਰਿਤਸਰ ਦੇ ਵਿੱਚ ਫੂਡ ਇੰਡਸਟਰੀ ਕੱਢ ਦਈਏ, ਟੂਰਿਜ਼ਮ ਇੰਡਸਟਰੀ ਕੱਢ ਦਈਏ, ਤਾਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਕਰੀਅਰ ਆਪਸ਼ਨ ਦੇਖ ਲਓ ਕਿੰਨੇ ਕੁ ਬੱਚੇ ਕਿੰਨੇ ਕੁ ਰਹਿ ਜਾਂਦੇ ਨੇ। ਤਾਂ ਜੋ ਵੀ ਤੁਹਾਡਾ ਡਿਸੀਜਨ ਹੋਣਾ ਚਾਹੀਦਾ, ਚਾਹੇ ਤੁਸੀਂ ਲੱਖਾਂ ਰੁਪਏ ਲਾ ਕੇ ਤੁਸੀਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋਚੋ ਮੈਨੂੰ ਸਰਕਾਰੀ ਨੌਕਰੀ ਤਾਂ ਮਿਲਦੀ ਨਹੀਂ ਹੈ, ਪ੍ਰਾਈਵੇਟ ਨੌਕਰੀ ਮੈਂ ਕਿਹੜੀ ਫੀਲਡ ਦੇ ਵਿੱਚ ਕਰਾਂ? ਆਪਣੇ ਆਪ ਨੂੰ ਜੇਕਰ ਤੁਸੀਂ ਕੋਈ ਵੀ ਡਿਸੀਜਨ ਲੈਂਦੇ ਹੋ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਵੀ ਨੌਕਰੀ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਕਰਨ ਦੇ ਵਿੱਚ। ਜੇਕਰ ਤੁਸੀਂ ਨੌਕਰੀ ਕਰਨੀ ਹੈ ਤਾਂ ਡਿਪੈਂਡ ਕਰਦਾ ਸਰਕਾਰੀ ਕਰ ਰਹੇ ਹੋ ਪ੍ਰਾਈਵੇਟ ਕਰ ਰਹੇ ਹੋ, ਇਹ ਡਿਪੈਂਡ ਤੁਹਾਡੇ 'ਤੇ ਕਰਦਾ ਜੀ। ਅਤੇ ਜੇਕਰ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਤੁਹਾਨੂੰ ਮੈਂ ਉਹ ਵੀ ਦੱਸ ਚੁੱਕਾ, ਅਤੇ ਡਿਸਾਈਡ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ, ਠੀਕ ਹੈ। ਸਿੰਗਿੰਗ 'ਚ ਜਾਣਾ ਚਾਹੁੰਦੇ ਹੋ ਬਿਲਕੁਲ ਜਾਓ, ਸਤਿੰਦਰ ਸਰਤਾਜ ਨੇ ਦੇਖ ਲਓ ਜੀ ਮਿਊਜ਼ਿਕ 'ਤੇ PhD ਕੀਤੀ ਹੈ, ਫਿਰ ਉਸ ਤੋਂ ਬਾਅਦ ਸਿੰਗਰ ਬਣਿਆ ਜੀ। ਆਪਾਂ ਉਹਨਾਂ ਨੂੰ ਜਾਣਦੇ ਨੇ ਜਿਹੜੇ ਬੰਦੇ ਕਾਮਯਾਬ ਹੋ ਗਏ, ਪਰ ਕਾਮਯਾਬ ਹੋਣ ਤੋਂ ਪਹਿਲਾਂ ਉਹਨਾਂ ਦੀ ਜਰਨੀ ਕੀ ਸੀਗੀ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਜੀ ਕਈ ਵਾਰ, ਠੀਕ ਹੈ। ਇਸ ਲਈ ਲਾਈਫ ਦਾ ਗੋਲ ਜਿਹੜਾ ਵੱਡਾ ਸੈੱਟ ਕਰੋ, ਅਤੇ ਤੁਹਾਨੂੰ ਜਿੰਨੀ ਵੀ ਕਰੀਅਰ ਇਨਫੋਰਮੇਸ਼ਨ ਹੁੰਦੀ, ਚਾਹੇ ਸਰਕਾਰੀ ਨੌਕਰੀ ਹੋ ਗਈ, ਪ੍ਰਾਈਵੇਟ ਨੌਕਰੀਆਂ ਹੋ ਗਈਆਂ, ਜਿਹੜਾ ਸਾਡਾ ਦਫ਼ਤਰ ਹੈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਤੁਸੀਂ ਸਾਨੂੰ ਉੱਥੇ ਆ ਕੇ ਕੰਟੈਕਟ ਕਰ ਸਕਦੇ ਹੋ, ਆਪਣਾ ਨਾਮ ਜ਼ਰੂਰ ਦਰਜ ਕਰਾਓ ਸਾਡੇ ਦਫ਼ਤਰ ਦੇ ਵਿੱਚ। ਜਦੋਂ ਤੱਕ ਤੁਹਾਨੂੰ ਕੋਈ ਵੀ ਨੌਕਰੀ ਨਹੀਂ ਮਿਲੇਗੀ ਸਰਕਾਰੀ ਜਾਂ ਪ੍ਰਾਈਵੇਟ, ਆਪਾਂ ਤੁਹਾਨੂੰ ਸਮੇਂ 'ਤੇ ਇਨਫੋਰਮ ਕਰਾਂਗੇ। ਸਾਡੇ ਵਟਸਐਪ ਗਰੁੱਪ ਬਣੇ ਪਏ, ਟੈਲੀਗ੍ਰਾਮ ਗਰੁੱਪ ਬਣੇ ਪਏ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਪੇਜ ਬਣੇ ਪਏ ਆ, ਜਿਹਦੇ ਵਿੱਚ ਆਪਾਂ ਕਰੀਅਰ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਹੈ ਆਪਾਂ ਬੱਚਿਆਂ ਨੂੰ ਮੌਕੇ ਮੌਕੇ 'ਤੇ ਇਨਫੋਰਮ ਕਰਦੇ ਹਾਂ, ਕਿਉਂਕਿ ਹਰ ਕੋਈ ਬੱਚਾ ਅੱਜ ਦੇ ਟਾਈਮ 'ਚ ਸਾਡੇ ਕੋਲ ਨਹੀਂ ਆ ਸਕਦਾ। ਤੁਹਾਨੂੰ 1 GB 1.5 GB ਹਰ ਇੱਕ ਬੱਚਾ ਯੂਜ਼ ਕਰਦਾ ਹੋਣਾ ਅੱਜ ਕੱਲ੍ਹ ਇੰਟਰਨੈੱਟ, ਪਰ ਉਹ 1 GB 1.5 GB ਆਪਾਂ ਸਹੀ ਤਰੀਕੇ ਨਾਲ ਕਿੱਦਾਂ ਯੂਜ਼ ਕਰ ਸਕਦੇ ਹਾਂ, ਕਿਹੜੇ ਕਿਹੜੇ ਕਰੀਅਰ ਆਪਸ਼ਨ, ਕਿਹੜੀ ਕਿਹੜੀ ਵੈਬਸਾਈਟ ਹੈਗੀਆਂ ਨੇ, ਇਹ ਆਪਾਂ ਨੂੰ ਪਤਾ ਹੋਣੀ ਚਾਹੀਦੀ। ਕਿਹੜਾ ਤੁਸੀਂ ਇੰਸਟੀਟਿਊਟ ਐਡਮਿਸ਼ਨ ਦੇ ਲਈ ਸਿਲੈਕਟ ਕਰਦੇ ਪਏ ਹੋ, ਇਹ ਡਿਪੈਂਡ ਤੁਹਾਡੇ 'ਤੇ ਕਰਦਾ। ਰੋਪੜ ਦੇ ਵਿੱਚ ਇੱਕ IIT ਇੰਸਟੀਟਿਊਟ ਹੈਗਾ, ਠੀਕ ਹੈ, ਆਪਣੇ ਅੰਮ੍ਰਿਤਸਰ ਦੇ ਵਿੱਚ IIM ਹੈਗਾ, ਜਲੰਧਰ ਦੇ ਵਿੱਚ NIT ਹੈਗਾ, ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਹੋਰ ਵੀ ਜਿਹੜੇ ਮੋਸਟ ਰੈਪੂਟੇਟਡ ਇੰਸਟੀਟਿਊਟ ਹੈਗੇ ਨੇ। ਬੇਟਾ ਤੁਹਾਨੂੰ ਕਾਫੀ ਜਾਣਕਾਰੀ ਸਰ ਨੇ ਦਿੱਤੀ ਹੈ, ਅਤੇ ਸਰ ਨੇ ਆਫਿਸ ਬਾਰੇ ਦੱਸਦਾ ਹੋਣਾ ਕਿ ਕਚਹਿਰੀ ਚੌਂਕ ਦੀ ਨੁੱਕਰ 'ਤੇ ਜਿਹੜਾ ਜਿੱਦਾਂ ਸਰੂਪ ਨਾਨੀ ਕਾਲਜ ਹੈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਲੋਕ, ਉਹਦੇ ਵਿੱਚ ਫਸਟ ਫਲੋਰ 'ਤੇ ਆਫਿਸ ਆ, ਅਤੇ ਜੇ ਕੋਈ ਬੱਚਾ ਕਾਉਂਸਲਿੰਗ ਬਾਰੇ ਜਾਣਨਾ ਚਾਹੁੰਦਾ ਤਾਂ ਉੱਥੋਂ ਜਾ ਕੇ ਇਨਫੋਰਮੇਸ਼ਨ ਵੀ ਲੈ ਸਕਦਾ, ਪੋਸਟਾਂ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਜੇਕਰ ਡਿਗਰੀਆਂ ਹੋਣ।
ਸੋ ਕਾਫੀ ਸਾਰੀ ਜਾਣਕਾਰੀ ਤੁਸੀਂ ਲਈ ਆ ਔਰ ਕਾਫੀ ਸਾਰੀ ਆਪਾਂ ਗੱਲਬਾਤ ਕੀਤੀ ਆ। ਸਿਰਫ ਦੋ ਦਿਨ ਮੋਟੀਆਂ ਮੋਟੀਆਂ ਮੈਂ ਤੁਹਾਨੂੰ ਗੱਲਾਂ ਦੱਸ ਦੇਣਾ ਕਿਉਂਕਿ ਬਾਹਰੋਂ ਸਟਾਫ ਹੀ ਆਇਆ। ਇਹ ਜਿਹੜਾ ਸਕੂਲ ਆ ਇਹ 1800 ਅਤੇ ਮੇਰੇ ਕੋਲ 70-72 ਦੇ ਲਾਗ ਛਾਗ ਬਣਿਆ ਸੀ ਜਿਹੜੇ ਸਕੂਲ 'ਚ ਤੁਸੀਂ ਬੈਠੇ ਜੇ ਔਰ ਇਸੇ ਪਿੰਡ ਦੇ ਜਿਹੜੇ ਉੱਤੇ ਗਾਡਰ ਪਏ ਨੇ ਇਸ ਪਿੰਡ ਦੇ ਗੁੜੀਆ ਪਹਿਲਵਾਨ ਨੇ ਮੋਢੇ 'ਤੇ ਚੁੱਕ ਕੇ ਰੱਖੇ ਗਾਡਰ ਔਰ ਤੁਹਾਨੂੰ ਜਾਣਕਾਰੀ ਦਿੱਤੀ। ਇਸੇ ਸਕੂਲ ਦੇ ਬਾਬਾ ਨਿਧਾਨ ਸਿੰਘ ਆਲਗੋਏ ਨੇ ਜਿਨ੍ਹਾਂ ਨੇ ਕਿ ਸਤਿਯੁਗ ਰਸਾਲਾ ਹਜੇ ਵੀ ਨਾਮਧਾਰੀ ਵਾਲਾ ਚੱਲਦਾ। ਬਹੁਤ ਸਾਰੀਆਂ ਭਾਸ਼ਾ ਦੇ ਗਿਆਤਾ ਸਨ ਉਹ ਔਰ ਇਸੇ ਪਿੰਡ ਦੇ ਸਨ। ਸੋ ਕਾਫੀ ਤੁਸੀਂ ਵੀ ਇਸੇ ਸਕੂਲ 'ਚ ਪੜ੍ਹ ਰਹੇ ਜੇ, ਗਿਆਨ ਹਾਸਲ ਕਰੋ, ਵੱਧ ਤੋਂ ਵੱਧ ਚੰਗੀਆਂ ਪੋਸਟਾਂ 'ਤੇ ਜਾਓ। ਸੋ ਜਿਸ ਤਰ੍ਹਾਂ ਕਿ ਸਭ ਨੇ ਤੁਹਾਡੇ ਗੱਲ ਕੀਤੀ ਕਿ ਤੁਸੀਂ ਆਪਣਾ ਸਿੰਗਿੰਗ ਨੂੰ ਵੀ ਐਜ਼ ਏ ਕੈਰੀਅਰ ਲੈ ਸਕਦੇ ਜੇ, ਸਾਡੇ ਕੋਲ ਇਸੇ ਸਕੂਲ ਦੇ ਸਟੂਡੈਂਟ ਮੇਰੇ NCC ਦੇ ਕੈਡਰ ਜਤਿੰਦਰ ਜੀ ਆਏ ਨੇ, ਜਤਿੰਦਰ ਜਿੰਦ ਕਰਕੇ ਤੁਸੀਂ ਜਾਣਦੇ ਜੇ। ਸੋ ਮੈਂ ਜਤਿੰਦਰ ਨੂੰ ਰਿਕੁਐਸਟ ਕਰਾਂਗਾ ਕਿ ਥੋੜ੍ਹਾ ਜਿਹਾ ਆਪਣਾ ਛੋਟਾ ਜਿਹਾ ਲੈਕਚਰ ਦੇਣ ਅਤੇ ਉਸ ਤੋਂ ਬਾਅਦ ਇੱਕ ਵਧੀਆ ਜਿਹਾ ਬੱਚੇ ਨੂੰ ਗੀਤ ਸੁਣਾਉਣ ਤਾਂ ਜੋ ਬੱਚੇ ਥੋੜ੍ਹੇ ਫਰੈਸ਼ ਹੋ ਜਾਣ। ਹਰੇਕ ਬੰਦੇ ਨੂੰ ਇੱਕ ਆਪਣੇ ਟੀਚੇ ਦਾ ਪਤਾ ਹੋਣਾ ਚਾਹੀਦਾ, ਜਿਵੇਂ ਸਰ ਗੱਲ ਕਰਕੇ ਗਏ, ਮੈਂ ਗੱਲ ਰਿਪੀਟ ਨਹੀਂ ਕਰਾਂਗਾ। ਪਰ ਅੱਜ ਹੀ ਸੋਚ ਲਓ, ਫੇਸਬੁੱਕ ਵਾਲਿਓ, ਇੰਸਟਾ ਵਾਲਿਓ, ਗੱਲ ਸੁਣੋ, ਉਹਨਾਂ ਨਹੀਂ ਕੰਮ ਆਉਣਾ, ਪੜ੍ਹਾਈ ਨਹੀਂ ਕੰਮ ਆਉਣਾ। ਇਸ ਕਰਕੇ ਨਾ ਇਹਨਾਂ ਚੀਜ਼ਾਂ ਤੋਂ ਨਿਕਲ ਜਾਓ ਰੀਲਾਂ ਰੂਲਾਂ 'ਚੋਂ। ਰੀਲਾਂ ਨੇ ਤੁਹਾਡਾ ਸਮਾਂ ਬਰਬਾਦ ਕਰਨਾ, ਤੁਹਾਡਾ ਕੈਰੀਅਰ ਬਰਬਾਦ ਕਰਨਾ, ਔਰ ਤੁਹਾਡੀ ਚੰਗੀ ਸੋਚ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ, ਠੀਕ ਹੈ। ਇਸ ਕਰਕੇ ਜਿੰਨਾ ਵੀ ਧਿਆਨ ਹੈਗਾ, ਕਿਉਂਕਿ ਆਹ ਜਿਹੜੇ 4 ਸਾਲ ਜੇ ਤੁਸੀਂ ਮਿਹਨਤ ਕਰ ਲਓਗੇ ਅਤੇ 40 ਸਾਲ ਰਾਜ ਕਰੋਗੇ, ਅਤੇ ਜੇ ਇਹ 4 ਸਾਲ ਤੁਸੀਂ ਆਪਣੇ ਵੇਸਟ ਕਰ ਦਿੱਤੇ ਤਾਂ 40 ਸਾਲ ਗੁਲਾਮ ਰਹੋਗੇ। ਹੁਣ ਤੁਸੀਂ ਵੇਖ ਲਓ, ਗੁਲਾਮ ਕਰਨ ਆਉਣਾ ਆ ਕਿ ਰਾਜ ਕਰਨਾ ਆ। ਤੁਹਾਡੇ ਮਾਪੇ, ਤੁਹਾਡੇ ਮਾਤਾ ਪਿਤਾ ਕਿੰਨੇ ਔਖੇ ਹੋ ਕੇ ਤੁਹਾਨੂੰ ਸਕੂਲ ਭੇਜਦੇ, ਤੁਹਾਨੂੰ ਨਵੀਂ ਚੀਜ਼ ਲੈ ਕੇ ਦਿੰਦੇ ਆ, ਭਾਵੇਂ ਪੁਰਾਣੀ ਬੋਲਣਾ। ਆਪਦਾ ਭਾਵੇਂ ਵਿਚਾਰੀ ਦਾ ਸ਼ੋਲ ਪਾਟਾ ਹੋਵੇ, ਕਮੀਜ਼ ਪਾਟਾ ਹੋਵੇ, ਤੁਹਾਡਾ ਝੱਗਾ ਨਵਾਂ ਹੁੰਦਾ। ਆਪਦਾ ਤੁਹਾਡੇ ਹੱਥ 'ਚ ਆਈਫੋਨ ਹੋਏਗਾ, ਬਾਪੂ ਕੋਲ ਭਾਵੇਂ ਸੁਚਾਲਾ ਹੋਵੇ, ਤੁਹਾਡੀਆਂ ਕਿੰਨੀਆਂ ਰੀਝਾਂ ਪੂਰੀਆਂ ਕਰਦੀਆਂ, ਤੁਹਾਡੇ ਕੀ ਫਰਜ਼ ਨੇ, ਤੁਹਾਡੇ ਕੀ ਫਰਜ਼ ਆਪਣੇ ਮਾਤਾ ਪ੍ਰਤੀ ਵਿੱਚ। ਉਹ ਪਿਛਲੇ ਕਿਹੜੇ ਸਕੂਲ ਦੇ ਆ, ਤੁਹਾਡੇ ਕੰਮ ਦੀ ਗੱਲ ਦੱਸਣ ਦਿਆਂ, ਬਹੁਤੇ ਇੱਧਰ ਧਿਆਨ ਦਿਓ 2 ਮਿੰਟ। ਮੈਂ 2009 ਦਾ ਪਾਸ ਆਊਟ, ਇੱਥੋਂ ਬਾਅਦ 'ਚ ਮੈਂ ਖਾਲਸਾ ਕਾਲਜ ਪੜ੍ਹਿਆ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਹਾਡੇ ਕੀ ਫਰਜ਼ ਨੇ, ਤੁਹਾਡੇ ਮਾਤਾ ਪਿਤਾ ਵਿੱਚ ਉਹਨਾਂ ਦੇ ਪ੍ਰਤੀ ਕੀ ਫਰਜ਼ ਨੇ। ਤੁਹਾਨੂੰ ਉਹਨਾਂ ਨੇ ਪੜ੍ਹਾਇਆ ਲਿਖਾਇਆ, ਏਡਾ ਕੀਤਾ, ਉਹ ਆਪਣਾ ਫਰਜ਼ ਸਮਝਦੇ ਨੇ ਕਿ ਸਾਡੇ ਬੱਚੇ ਕੱਲ੍ਹ ਨੂੰ ਪੜ੍ਹ ਲਿਖ ਕੇ ਕੁਝ ਬਣ ਜਾਣਗੇ ਅਤੇ ਸਾਡਾ ਸਹਾਰਾ ਬਣਨਗੇ। ਪਰ ਅੱਜ ਦੇ ਯੁੱਗ ਦੇ ਵਿੱਚ ਅਸੀਂ ਸਹਾਰਾ ਨਹੀਂ, ਅਸੀਂ ਬੋਝ ਬਣ ਰਹੇ ਹਾਂ। ਇਸ ਕਰਕੇ ਤੁਹਾਡੇ ਫਰਜ਼ ਬਣਦੇ ਨੇ, ਤੁਸੀਂ ਕੁਝ ਬਣ ਕੇ ਆਪਣੇ ਮਾਂ ਪਿਓ ਦਾ ਸਹਾਰਾ ਬਣੋ, ਉਹਨਾਂ ਦੀ ਜੋ ਆਸਾਂ ਉਮੀਦਾਂ ਆ ਉਹਨਾਂ 'ਤੇ ਪੂਰੇ ਉਤਰੋ। ਕਿਉਂਕਿ ਜ਼ਿੰਦਗੀ ਦੇ ਵਿੱਚ ਮਾਂ ਪਿਓ ਦੀ ਜਗ੍ਹਾ ਜੋ ਤੁਹਾਨੂੰ ਮਿਲੂਗੀ ਨਾ, ਫਿਰ ਪਤਾ ਲੱਗੂਗਾ ਕਿ ਹਾਂ ਮਾਂ ਜਿਹੜਾ ਦੁੱਖ ਆ ਪੁੱਤਾਂ ਧੀਆਂ ਦਾ ਕੀ ਹੁੰਦਾ। ਜਦੋਂ ਤੱਕ ਉਹ ਚੀਜ਼ ਸਾਡੇ 'ਤੇ ਨਹੀਂ ਨਾ ਆ ਜਾਂਦੀ, ਅਸੀਂ ਉਸਨੂੰ ਦੇਖਦੇ ਨਹੀਂ ਹਾਂ, ਅਸੀਂ ਇਗਨੋਰ ਕਰ ਦਿੰਦੇ ਹਾਂ। ਮੈਂ ਤੁਹਾਨੂੰ ਵੀ ਇਹ ਗੱਲ ਕਹਿ ਰਿਹਾ ਹਾਂ ਵੀ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਕਿੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਾਇਆ ਆ, ਤੁਹਾਡਾ ਕੀ ਫਰਜ਼ ਬਣਦਾ ਆ ਕਿ ਤੁਸੀਂ ਉਹਨਾਂ ਨੂੰ ਕੀ ਦਿਓ, ਖੁਸ਼ੀਆਂ ਦਿਓਗੇ,
ਉਹਨਾਂ ਨੂੰ ਆਪਣੀ ਕਾਮਯਾਬੀ ਦਾ, ਜਦੋਂ ਕੋਈ ਬੱਚਾ ਸਾਡਾ ਮੈਡਲ ਜਿੱਤ ਕੇ ਜਾਂਦਾ ਜਾਂ ਕੋਈ ਸ਼ੀਲਡ ਜਾਂ ਪਹਿਲਾਂ ਇਨਾਮ ਜਿੱਤ ਕੇ ਜਾਂਦਾ ਤਾਂ ਸਾਡਾ ਮਾਂ ਪਿਓ ਕਿੰਨਾ ਖੁਸ਼ ਹੁੰਦਾ, ਆਂਢੀਆਂ ਗੁਆਂਢੀਆਂ ਨੂੰ ਵਿਖਾਉਂਦਾ, ਮੇਰਾ ਧੀ ਮੇਰਾ ਪੁੱਤ ਆ ਵੇਖੋ ਫਸਟ ਪ੍ਰਾਈਜ਼ ਲੈ ਕੇ ਆ ਜਾਂ ਮੈਡਲ ਲੈ ਕੇ ਆਇਆ। ਇਸ ਕਰਕੇ ਜ਼ਿੰਦਗੀ ਦੇ ਵਿੱਚ ਨਾ ਹੀਰੇ ਬਣੋ ਹੀਰੇ। ਮੈਂ ਅੱਗੇ ਮਾਂ 'ਤੇ ਗਾਣਾ, ਕਿਉਂਕਿ ਮਾਂ ਕਹਿੰਦੇ ਕਿ ਰੱਬ ਕਿਸੇ ਨੇ ਵੇਖਿਆ ਨਹੀਂ, ਪਰ ਮਾਂ ਦੇ ਰੂਪ ਦੇ ਵਿੱਚ ਰੱਬ ਸਾਰਿਆਂ ਦੇਖਿਆ। ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਸਾਨੂੰ ਨਾ ਕੁਝ ਹੋ ਜਾਵੇ ਡਰਦੀ ਅੰਮੀ, ਵਿਹੜੇ ਵਿੱਚ ਬੈਠੀ ਦਾ ਹੈ ਜੀ ਜਿਆ ਡੋਲੇ, ਸਾਨੂੰ ਨਾ ਕੁਝ ਹੋ ਜਾਵੇ ਡਰਦੀ ਅੰਮੀ। ਹੋ ਦੁਨੀਆ ਉੱਤੇ ਸੁੱਖ ਸਬਰ ਛਾੜਦੀ ਸਾਨੂੰ ਨਾ ਕੁਝ ਹੋ ਜਾਵੇ ਡਰਦੀ ਅੰਮੀ, ਹੋ ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਸਾਨੂੰ ਨਾ ਕੁਝ ਹੋ ਜਾਵੇ ਡਰਦੀ ਅੰਮੀ, ਸਾਨੂੰ ਨਾ ਕੁਝ ਹੋ ਜਾਵੇ ਡਰਦੀ ਅੰਮੀ। ਸੋ ਥੈਂਕ ਯੂ ਵੈਰੀ ਮੱਚ। ਇਹ ਗਾਂ ਦੀ ਗਾਂ ਵੱਧਦਾ ਗਿਆ। ਇਸ ਲਈ ਪ੍ਰੀਤਨਗਰ ਬਿਲਕੁਲ ਨਾਲ ਹੀ ਲੋਪ ਹੋ ਗਏ ਦੇ, ਉੱਥੇ ਨਾਨਕ ਸਿੰਘ ਗੁਰਬਖਸ਼ ਸਿੰਘ ਫਾਊਂਡੇਸ਼ਨ ਜਿਹੜਾ ਕਲੱਬ ਆ, ਤਕਰੀਬਨ ਇਹ ਕਹਿ ਲਓ ਕਿ ਪ੍ਰੀਤਨਗਰ ਦਾ ਇੰਚਾਰਜ ਇਹ ਆ, ਕਿਉਂਕਿ ਸਰਦਾਰ ਹਿਰਦੇਪਾਲ ਸਿੰਘ ਜੀ ਬਜ਼ੁਰਗ ਹੋ ਚੁੱਕੇ ਨੇ। ਬਟ ਇੱਕ ਤੁਹਾਨੂੰ ਜਾਣਕਾਰੀ ਦੇ ਦਿੰਦਾ ਕਿ ਲੋਪੋਕੇ ਨੂੰ ਵਰਲਡ ਦੇ ਮੈਪ 'ਤੇ ਲਿਆਉਣ ਲਈ ਦੋ ਉਦਮ ਜਿਹੜੇ ਕੀਤੇ ਗਏ ਨੇ। ਸਭ ਤੋਂ ਪਹਿਲਾਂ ਜਿਹੜਾ ਮਹਾਰਾਜਾ ਅਕਬਰ ਵੇਲੇ ਕੀਤਾ ਗਿਆ, ਦੇਖੋ ਕਿੰਨੀ ਪੁਰਾਣੀ ਗੱਲ ਹੈ। ਸੋ ਮਹਾਰਾਜਾ ਅਕਬਰ ਦਾ ਜਿਹੜਾ ਹੈਗਾ ਸੀ ਦੀਵਾਨ ਟੋਡਰਮੱਲ, ਜਿਹਨੇ ਕਿ ਸਾਰੀ ਧਰਤੀ ਦੇ ਨਕਸ਼ੇ ਬਣਾਏ ਆ, ਟੋਟਲ ਜਿੰਨੇ ਵੀ ਆਪਾਂ ਨਕਸ਼ੇ ਵੇਖਦੇ ਹਾਂ ਪਟਵਾਰੀਆਂ ਕੋਲ ਪਾਏ, ਦੀਵਾਨ ਟੋਡਰਮੱਲ ਦੇ ਬਣੇ ਹੋਏ ਆ। ਦੀਵਾਨ ਟੋਡਰਮੱਲ ਦੇ ਇਸ ਪਿੰਡ ਦੇ ਵਿੱਚ ਪਾਸੀ, ਸੋ ਦੀਵਾਨ ਉਹਨੇ ਇਸ ਪਿੰਡ ਨੂੰ ਡਿਵੈਲਪ ਕਰਨ ਲਈ ਗ੍ਰਾਂਟ ਦਿੱਤੀ। ਜਿੱਥੇ ਆਈ ਗਏ ਲੋਕ ਹੋਗੇ ਇੱਥੇ ਬਾਰਾਦਾਰੀ ਹੁੰਦੀ ਸੀ, ਔਰ ਪ੍ਰੀਤਨਗਰ ਤੱਕ ਇੱਕ ਥੱਲੇ ਥੱਲੇ ਸਰੁੰਗ ਜਾਂਦੇ ਹੁੰਦੇ ਸੀ ਸਰਾਮ, ਔਰ ਪ੍ਰੀਤਨਗਰ ਬਹੁਤ ਵਧੀਆ ਬਾਗ ਲਵਾਇਆ, ਉੱਥੇ ਪੌਂਡ ਬਣਾਇਆ, ਫਿਰ ਸਰਾਮ ਬਣਾਏ, ਅਤੇ ਉਸ ਤੋਂ ਬਾਅਦ ਜਿਹੜਾ ਜਹਾਂਗੀਰ ਸੀ ਇਹਦੇ ਨਾਲ ਹੀ ਨਾ ਸ਼ਾਹ ਬਖਤਾਵਰ ਦੀ ਜਗ੍ਹਾ ਜਿੱਥੇ ਕਿਸੇ ਵੇਲੇ ਖੰਡ ਨਿਕਲਦੀ ਹੁੰਦੀ ਸੀ, ਅਤੇ ਇਹ ਰਸਤਾ ਲਾਹੌਰ ਤੋਂ ਦਿੱਲੀ ਦੇ ਰਸਤੇ ਸੈਂਟਰ 'ਚ ਪੈਂਦਾ ਸੀ। ਇਸ ਕਰਕੇ ਮਤਲਬ ਇੱਕ ਰੈਸਟ ਹਾਊਸ ਟਾਈਪ ਬਣਾਇਆ ਸੀ, ਅਤੇ ਮਹਾਰਾਜਾ ਜਹਾਂਗੀਰ ਦੀ ਵਾਈਫ ਲਗਭਗ ਇੱਕ ਇੱਕ ਮਹੀਨਾ ਪ੍ਰੀਤਨਗਰ ਰਹਿੰਦੀ ਹੁੰਦੀ ਸੀ। ਲੋਪੋਕੇ ਦਾ ਹਿੱਸਾ ਇੱਥੋਂ 2 ਕਿਲੋਮੀਟਰ ਦੂਰ। ਇਹ ਉਦੋਂ ਉਦਮ ਕੀਤਾ ਗਿਆ ਮਹਾਰਾਜਾ ਅਕਬਰ ਵੇਲੇ, ਔਰ 2 ਨੰਬਰ 'ਤੇ ਉਦਮ ਕੀਤਾ ਗਿਆ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵੇਲੇ, ਮੇਰੇ ਕੋਲ 1932 ਦੇ ਲਾਗੇ ਛਾਗੇ।
ਜਦੋਂ ਕਿ ਪ੍ਰੀਤ ਲੜੀ ਰਸਾਲਾ ਜਿਹੜਾ ਹੁਣ ਵੀ ਸ਼ਬਦ ਹੈ, ਕਿਸੇ ਨੇ ਲਾਹੌਰ ਤੋਂ ਸ਼ਬਦ ਹੁੰਦਾ ਸੀ, ਇਹਦੇ ਐਡੀਟਰ ਧਨੀ ਰਾਮ ਚਾਤਰਕ ਜੀ ਸਨ, ਔਰ ਧਨੀ ਰਾਮ ਚਾਤਰਕ ਜੀ ਇਸ ਪਿੰਡ ਦੇ ਮਾਸੀ ਸੀ ਅਤੇ ਤਕਰੀਬਨ ਇੱਥੇ ਹੀ ਰਹੇ ਆ, ਅਤੇ ਉਹਨਾਂ ਨੇ ਗਾਈਡ ਕਰਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਚਾਹੁੰਦੇ ਸਨ ਕਿ ਮੈਂ ਐਕਟੀਵਿਟੀ ਸਕੂਲ ਬਣਾਵਾਂ। ਹੁਣ ਵੀ ਆਪਾਂ ਐਕਟੀਵਿਟੀ ਦੀ ਗੱਲ ਕਰਦੇ ਹਾਂ ਨਾ, ਸਕਿੱਲ ਦੀ ਗੱਲ ਕਰਦੇ ਹਾਂ ਕਿ ਸਾਡੇ ਵਿੱਚ ਕਲਾ ਹੋਣੀ ਚਾਹੀਦੀ ਹੈ। ਸੋ ਮੈਂ ਤਾਂ ਇਹ ਗੱਲ ਕੀ ਕਰਨੀ ਜ਼ਰੂਰੀ ਸਮਝੀ ਆ ਕਿ ਪਹਿਲਾਂ ਸੈਕਿੰਡ ਉਦਮ ਜਿਹੜਾ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਨੇ ਕੀਤਾ, ਔਰ ਇੱਥੇ ਇੱਕ ਐਕਟੀਵਿਟੀ ਸਕੂਲ ਬਣਾਇਆ, ਗਤੀਵਿਧੀ ਸਕੂਲ, ਜਿੱਥੋਂ ਕਿ ਕਲਾਕਾਰ ਪੈਦਾ ਹੁੰਦੇ ਸਨ। ਇੱਥੇ ਬੇਟਾ ਇੱਕ ਜੁਆਇੰਟ ਕਿਚਨ ਸੀ, ਸਾਰੇ ਇਕੱਠੇ ਕਲਾਕਾਰ ਇੱਕੋ ਜਗ੍ਹਾ ਖਾਣਾ ਖਾਂਦੇ ਸਨ, ਰੈਸਟ ਹਾਊਸ ਬਣਿਆ ਸੀ, ਰੂਮਸ ਬਣੇ ਹੋਏ ਸਨ, ਉੱਥੇ ਉਹ ਰੈਸਟ ਕਰਦੇ ਸਨ, ਔਰ ਕੋਠੀਆਂ ਬਣਾਈਆਂ ਅਲੱਗ ਅਲੱਗ। ਇਸੇ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ, ਨਾਨਕ ਸਿੰਘ ਨਾਵਲਿਸਟ, ਸੋ ਉਹ ਸਾਰੇ ਇਸ ਜਗ੍ਹਾ 'ਤੇ ਅਲੱਗ ਅਲੱਗ ਜਗ੍ਹਾ 'ਤੇ ਕੋਠੀਆਂ 'ਤੇ ਰਹਿੰਦੇ ਸਨ। ਅਸੀਂ ਸਵਾਗਤ ਕਰਾਂ ਡਾਕਟਰ ਨਿਸ਼ਾ ਜੀ, GNDG ਤੋਂ ਆਏ ਨੇ, ਗੁਰੂ ਨਾਨਕ ਯੂਨੀਵਰਸਿਟੀ ਤੋਂ ਸਪੈਸ਼ਲ ਬੇਟਾ ਤੁਹਾਡੇ ਲਈ ਚੱਲ ਕੇ ਕਲੈਪਿੰਗ ਇਹਨਾਂ ਦੀ ਕਰੋ। ਸੋ ਬੇਟਾ ਥੋੜ੍ਹਾ ਟਾਈਮ ਦੀ ਘਾਟ ਸੀ, ਇਸ ਕਰਕੇ ਸਾਡਾ ਸਟੂਡੈਂਟ ਜਾ ਰਿਹਾ, ਬਹੁਤ ਵਧੀਆ ਆਵਾਜ਼ ਹੈ। ਮੈਂ ਸਿਰਫ ਇਸ ਕਰਕੇ ਤੁਹਾਡਾ ਪ੍ਰੀਤਨਗਰ ਦਾ ਜ਼ਿਕਰ ਕੀਤਾ ਕਿ ਇੱਥੇ ਐਕਟੀਵਿਟੀ ਸਕੂਲ ਸੀ, ਡਰਾਮੇ ਸਿਖਾਉਂਦੇ ਸਨ, ਸਿੰਗਿੰਗ ਸਿਖਾਉਂਦੇ ਸਨ, ਹਰੇਕ ਤਰ੍ਹਾਂ ਦੀ ਗਤੀਵਿਧੀ ਸਿਖਾਉਂਦੇ ਸਨ। ਔਰ ਬਹੁਤ ਦੇਰ 'ਤੇ ਬੈਠੂ ਮੈਂ, ਤੁਹਾਡਾ ਸਾਰਾ ਟਾਈਮ ਨਹੀਂ ਲਵਾਂਗੀ, ਤੁਸੀਂ ਸਾਰੇ ਖੜ੍ਹੇ ਹੋ ਜਾਓ, ਲਾਈਕ ਦਿਸ। ਜਦੋਂ ਅਸੀਂ ਬਹੁਤ ਦੇਰ 'ਤੇ ਬੈਠੇ ਹੁੰਦੇ ਹਾਂ ਨਾ, ਜਿਹੜੇ ਸਾਡੇ ਬ੍ਰੇਨ ਹੈ ਦੈਟ ਕਮਸ ਐਂਡ ਰੈਸਟ, ਸੱਜਾ ਅਤੇ ਖੱਬਾ ਦੋਨੋਂ ਜਿਹੜੇ ਦਿਮਾਗ ਹੈ ਉਹਨਾਂ ਨੂੰ ਐਕਟੀਵੇਟ ਕਰਨ ਵਾਸਤੇ, ਤੁਹਾਨੂੰ ਪਤਾ ਸੱਜਾ ਦਿਮਾਗ ਜਿਹੜਾ ਵੈ ਉਹ ਖੱਬੇ ਪਾਸੇ ਨੂੰ ਨਿਯੰਤਰਣ ਕਰਦਾ, ਐਂਡ ਦੀ ਰਾਈਟ ਸਾਈਡ ਔਫ ਬ੍ਰੇਨ ਰੈਗੂਲੇਟਸ ਦੀ ਲੈਫਟ ਸਾਈਡ ਔਫ ਬੋਡੀ। ਅਤੇ ਜਦੋਂ ਅਸੀਂ ਦੋਨਾਂ ਹੱਥਾਂ ਨਾਲ ਤਾਲੀ ਲਗਾਉਂਦੇ ਹਾਂ ਦੋਨੋਂ ਦਿਮਾਗ ਸਟਿਮੂਲੇਟ ਹੁੰਦੇ ਹੈ। ਮੈਂ ਡਾਕਟਰ ਨਿਸ਼ਾ ਛਾਬੜਾ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫੇਰਕਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੋਨਸਟੀਟਿਊਂਟ ਕਾਲਜ ਹੈ ਬੇਟਾ, DAV ਇੰਟਰਨੈਸ਼ਨਲ ਸਕੂਲ ਦੀ ਬੈਕ ਸਾਈਡ, ਫੇਰਕਾ ਮਜੀਠਾ ਬਾਈਪਾਸ ਰੋਡ 'ਤੇ ਹੈ, ਐਂਡ ਦੀ ਕਾਲਜ ਵਾਜ ਸਟਾਰਟਿਡ ਇਨ 2011। ਅਸੀਂ 13 ਸਾਲ ਕੰਪਲੀਟ ਕਰ ਚੁੱਕੇ ਹਾਂ, ਔਰ ਬੱਚੇ ਬੜੀਆਂ ਅੱਛੀਆਂ ਪੋਜੀਸ਼ਨਸ 'ਤੇ ਨੇ। ਵੀ ਹੈਵ ਸਾਇੰਸ, ਆਰਟਸ, ਕਾਮਰਸ, ਕੰਪਿਊਟਰਸ, ਚਾਰੋ ਬਲੋਕਸ ਨੇ ਸਾਡੇ ਕੋਲ, ਐਂਡ ਵੀ ਆਰ ਰਨਿੰਗ ਮੈਨੀ ਪ੍ਰੋਗਰਾਮਸ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਇਹੀਓ ਕਹਾਂਗੀ ਕਿ ਤੁਸੀਂ ਬਸ ਪੜ੍ਹਨਾ ਹੈ। 3 ਵਰਡਸ ਵਿੱਚ ਆਈ ਵੁੱਡ ਸੇ ਜਿਸ ਪੜ੍ਹੋ ਪੜ੍ਹੋ ਅਤੇ ਪੜ੍ਹੋ, ਠੀਕ ਹੈ, ਘਰੋਂ ਨਿਕਲੋ ਔਰ ਪੜ੍ਹੋ, ਜਿਹੜੀ ਮਰਜ਼ੀ ਸੰਸਥਾ 'ਚ ਦਾਖਲਾ ਲਓ, ਜਿਹੜਾ ਮਰਜ਼ੀ ਕੋਰਸ ਕਰੋ, ਬਟ ਯੂ ਹੈਵ ਟੂ ਪਰਸਿਊ ਐਜੂਕੇਸ਼ਨ। ਐਜੂਕੇਸ਼ਨ ਇੱਕ ਮੀਡੀਅਮ ਹੈ ਜਿਹਦੇ ਨਾਲ ਤੁਸੀਂ ਆਪਣੀ ਸ਼ਖਸੀਅਤ ਨਿਖਾਰ ਲਿਆ ਸਕਦੇ ਹੋ, ਦੈਟ ਕੈਨ ਲੀਡ ਟੂ ਪਰਸਨੈਲਿਟੀ ਡਿਵੈਲਪਮੈਂਟ, ਤੁਸੀਂ ਆਪਣੇ ਘਰਾਂ ਦਾ ਮਾਹੌਲ ਠੀਕ ਕਰ ਸਕਦੇ ਹੋ, ਤੁਸੀਂ ਸੋਸਾਇਟੀ ਨੂੰ, ਕਮਿਊਨਿਟੀ ਨੂੰ, ਦੇਸ਼ ਨੂੰ ਕੰਟਰੀਬਿਊਟ ਕਰ ਸਕਦੇ ਹੋ, ਠੀਕ ਹੈ। ਸੋ ਯੂ ਡੋਂਟ ਹੈਵ ਟੂ ਆਰਗਿਊ ਵਿਦ ਪੈਰੈਂਟਸ, ਤੁਸੀਂ ਬਸ ਸਹੀ ਰਸਤੇ 'ਤੇ ਰਹਿਣਾ, ਆਪਣਾ ਜਿਹੜਾ ਕਰੈਕਟਰ ਹੈ ਉਹਨੂੰ ਠੀਕ ਰੱਖਣਾ, ਆਪਣੇ ਜਿਹੜੇ ਸੰਸਕਾਰ ਹੈ ਉਹਨਾਂ 'ਤੇ ਕੰਮ ਕਰਨਾ, ਤੁਹਾਡੇ ਪੈਰੈਂਟਸ ਆਪਣੇ ਆਪਣੇ ਮੋਡਲ ਆਉਣਗੇ।
ਠੀਕ ਹੈ, ਜਸਟ ਗੈਟ ਆਊਟ ਆਫ ਯੋਰ ਹੋਮਸ ਐਂਡ ਪਰਸਿਊ ਐਜੂਕੇਸ਼ਨ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਬੇਟੇ ਆਪਣੇ ਲਈ ਤੁਸੀਂ ਤਾੜੀਆਂ ਮਾਰੋ ਜਿਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਸੁਣਿਆ। ਇੱਥੇ ਬੈਠਿਆਂ ਇੱਦਾਂ ਲੱਗਦਾ ਸੀ ਕਿ ਜਿਹੜੀ ਅਸੀਂ ਸੀਨੀਅਰ ਸੈਕੰਡਰੀ ਸਕੂਲ 'ਚ ਤੁਹਾਨੂੰ ਪੜ੍ਹਾਉਂਦੇ ਹਾਂ ਇੱਕ ਪੋਇਮ ਦੀ ਰੋਡ ਨੋਟ ਟੇਕਨ, ਲੱਗਦਾ ਹੈ ਕਿ ਜਿਹੜੇ 9ਵੀਂ 10ਵੀਂ ਵਾਲੇ ਇੱਥੇ ਸਿੱਖਣ ਲਈ ਆਏ ਆ ਜਾਂ ਪ੍ਰੋਗਰਾਮ ਵੇਖਣ ਲਈ ਆਏ ਆ ਸੁਣਨ ਲਈ ਆਏ ਆ, ਸ਼ਾਇਦ ਉਹਨਾਂ ਨੇ ਵੀ ਉਹ 80% ਪੋਇਮ ਕਵਰ ਕਰ ਲਈ ਹੈ। ਠੀਕ ਹੈ ਜੀ। ਅਤੇ ਪਰ ਥੋੜ੍ਹਾ ਜਿਹਾ ਇਹ ਆ ਕਿ ਤੁਹਾਡੇ ਵਿੱਚ ਇੱਕ ਡਰ ਵਾ ਉਹ ਨੋਟ ਕੀਤਾ। ਮੈਂ ਲੁਧਿਆਣੇ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹਾਂ ਅਤੇ ਜਦੋਂ ਮੇਰੀ ਮੈਰਿਜ ਹੋਈ ਹੈ ਅਤੇ ਬੱਚੇ ਆਉਂਦੇ ਹੁੰਦੇ ਸੀ ਫੋਰਮ ਭਰਾਉਣ ਵਾਸਤੇ। ਠੀਕ ਹੈ, ਜਿਸ ਤਰ੍ਹਾਂ ਤੁਹਾਨੂੰ ਪੁੱਛਿਆ ਸਰ ਜਿਹੜੇ ਗੌਰਵ ਸ਼ਰਮਾ ਜੀ ਆਏ ਆ, ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕਿਹੜੇ ਕਿਹੜੇ ਕੋਰਸ ਕਰਨੇ ਜਾਂ ਤੁਸੀਂ ਕੀ ਬਣਨਾ, ਤਾਂ ਬਹੁਤਿਆਂ ਨੇ ਜਵਾਬ ਦੇ ਦਿੱਤਾ, ਅੱਗੋਂ ਜੋ ਉਹਨਾਂ ਨੇ ਪੁੱਛਿਆ ਉਹ ਕਲੈਰੀਫਾਈ ਨਹੀਂ ਕੀਤਾ। ਠੀਕ ਹੈ, ਇਹ ਤੁਹਾਡਾ ਡਰ ਸੀਗਾ। ਤਾਂ ਉਦੋਂ ਉਹਨਾਂ ਨੂੰ ਕੋਰਸ ਹੀ ਨਹੀਂ ਪਤਾ ਹੁੰਦੇ ਸੀਗੇ ਕਿ ਜਿਹੜੀ ਨੌਕਰੀ ਦੇ ਫਾਰਮ ਅਸੀਂ ਲੈ ਕੇ ਆਏ ਹਾਂ ਉਹ ਭਰਨੇ ਕਿਹੜੇ ਆਏ। ਜੇ ਉਹਨਾਂ ਨੂੰ ਪੁੱਛਣਾ ਨਾ ਬੇਟੇ ਕਿ ਵੀ ਜਿਹੜਾ ਤੁਸੀਂ ਫਾਰਮ ਨੂੰ ਭਰਨ ਲਈ ਗਿਆ ਅਤੇ ਉਹਦੇ ਵਿੱਚ ਤੁਸੀਂ ਕਿਹੜੀ ਨੌਕਰੀ ਲਈ ਭਰਨਾ ਵਾ, ਤਾਂ ਉਹਨਾਂ ਦੇ ਜਵਾਬ ਉਸ ਵੀ ਇਹੀ ਹੁੰਦਾ ਸੀਗਾ ਕਿ ਮੈਡਮ ਜਿਹੜਾ ਤੁਹਾਨੂੰ ਚੰਗਾ ਲੱਗਦੀ ਆ ਨੌਕਰੀ ਉਹ ਭਰ ਦੇ। ਇੱਟ ਮੀਨ ਉਹਨਾਂ ਨੂੰ ਕਲੀਅਰ ਨਹੀਂ ਸੀ, ਪਰ ਇਹ ਆ ਦੇਖਿਆ ਕਿ ਤੁਸੀਂ ਤੁਹਾਨੂੰ ਇਹ ਕਲੀਅਰ ਆ ਕਿ ਅਸੀਂ ਕੀ ਬਣਨਾ, ਪਰ ਅੱਗੋਂ ਤੁਹਾਡੇ 'ਚ ਇਹ ਝਿਜਕ ਰਹਿ ਗਈ ਆ ਕਿ ਜਾਂ ਤੁਹਾਨੂੰ ਕੋਈ ਪੁੱਛਦਾ ਅਤੇ ਪਰ ਤੁਸੀਂ ਉਹਨੂੰ ਦੱਸਦੇ ਨਹੀਂ। ਤੁਹਾਡੇ ਮਨ 'ਚ ਡਰ ਆ ਕਿ ਜੇ ਅਸੀਂ ਡੀ ਸੀ ਕਹਿ ਦਿੱਤਾ ਅਤੇ ਅੱਗੋਂ ਡੀ ਸੀ ਕਹਿਣ ਤੋਂ ਬਾਅਦ ਸਾਨੂੰ ਪਤਾ ਨਹੀਂ ਕੀ ਪੁੱਛ ਲੈਣਾ। ਠੀਕ ਹੈ, ਇਹ ਵਾਲੇ ਡਰ ਤੋਂ ਬਾਹਰ ਨਿਕਲੋ। ਜਦੋਂ ਹੁਣ ਮੈਂ ਬੈਠੀ ਸੀ ਮੈਂ ਇਹ ਡਰ ਤੁਹਾਡੇ ਚਿਹਰਿਆਂ ਦੇ ਉੱਤੇ ਦੇਖਿਆ ਹੈਗਾ ਕਿ ਇਹ ਡਰ ਜਿਹੜਾ ਹੈਗਾ ਨਾ ਕਿ ਡੀ ਸੀ ਕਹਿਤਾ ਜਾਂ ਆਪਾਂ ਨੌਕਰੀ ਕਿਸੇ ਦਾ ਵੀ ਨਾਲ ਹੈ ਤਾਂ ਉਹਦੇ ਬਾਰੇ ਜੇ ਸਾਨੂੰ ਡਿਟੇਲ ਪੁੱਛ ਲਈ ਤਾਂ ਫਿਰ ਪਤਾ ਨਹੀਂ ਕੀ ਹੋ ਜਾਣਾ। ਕੋਈ ਗੱਲ ਨਹੀਂ, ਜਿਹੜੇ ਇਹ ਪ੍ਰੋਗਰਾਮ ਹੁਣ ਹੋ ਰਹੇ ਆ ਤੁਹਾਨੂੰ ਨੌਲੇਜ ਲਈ ਕੋਈ ਹੋ ਰਹੇ ਕਿ ਜੇ ਤੁਸੀਂ ਡੀ ਸੀ ਕਹਿਤਾ ਤਾਂ ਉਹਨੂੰ ਬਣਨਾ ਕਿਵੇਂ ਆ, ਅੱਗੇ ਉਹਦੀ ਫੀਲਡ ਕੀ ਹੈ, ਇਹ ਦੱਸਣ ਲਈ ਇਹ ਸ਼ਖਸੀਅਤ ਆ ਸਾਡੇ ਕੋਲ ਪਹੁੰਚੀ ਹੋਈ ਹੈ। ਠੀਕ ਹੈ ਜੀ। ਅਤੇ ਹੁਣ ਤੁਸੀਂ ਹੁਣ ਇਹ ਗਾਣਾ ਸੁਣਿਆ ਸੀਗਾ ਇੱਕ ਮਾਂ ਬਾਰੇ ਅਤੇ ਦੋ ਲਾਈਨਾਂ ਮੈਂ ਵੀ ਤੁਹਾਨੂੰ ਸੁਣਾਉਂਦੀ ਹਾਂ। Thank you.